ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡਾ ਜਸ ਪੰਜਾਬੀ ਦੇ ਸ਼ੋਅ ਫਾਇਰ ਲਾਈਨ ਦੇ ਵਿੱਚ ਔਰ ਸਭ ਤੋਂ ਪਹਿਲਾਂ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਵਾਰੀ ਫਿਰ ਪੰਜਾਬ ਦੇ ਉਸ ਇਸ਼ੂ ਦੇ ਉੱਤੇ ਗੱਲ ਕਰਾਂਗੇ ਜਿਹੜਾ ਕਿ ਇਸ ਵੇਲੇ ਬਹੁਤ ਚਰਚਿਤ ਹੈ ਔਰ ਬਹੁਤੇ ਜਿਹੜੇ ਮੁੱਦੇ ਨੇ ਉਹ ਉਹਦੇ ਹੇਠਾਂ ਦੱਬੇ ਗਏ ਨੇ ਦੱਬੇ ਵੀ ਜਾਣੇ ਚਾਹੀਦੇ ਨੇ ਕਿਉਂਕਿ ਉਹਦਾ ਕਾਰਨ ਜਿਹੜਾ ਇਹ ਹੈ ਕਿ ਜਦੋਂ 3 ਕੁ ਸਾਲ ਪਹਿਲਾਂ ਪੰਜਾਬ ਦੇ ਵਿੱਚ ਲੜੀਵਾਰ ਕੁਛ ਘਟਨਾਵਾਂ ਜਿਹੜੀਆਂ ਵਾਪਰੀਆਂ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਸ ਤੋਂ ਬਾਅਦ ਬੇਅਦਬੀ ਦਾ ਵਿਰੋਧ ਕਰ ਰਹੇ ਲੋਕਾਂ ਦੇ ਉੱਤੇ ਚੱਲੀ ਗੋਲੀ ਅਣਪਛਾਤੀ ਪੁਲਿਸ ਸਾਰੇ ਦਾ ਸਾਰਾ ਪੰਜਾਬ ਇੱਕ ਵਾਰੀ ਜਾਮ ਹੋ ਜਾਣਾ ਮਾਲਵਾ ਮਾਝੇ ਨਾਲੋਂ ਕੱਟਿਆ ਗਿਆ ਮਾਝਾ ਦੁਆਬੇ ਨਾਲੋਂ ਕੱਟਿਆ ਗਿਆ ਅਤੇ ਇੱਕ ਟਾਈਮ ਸਮੁੱਚੀ ਮਸ਼ੀਨਰੀ ਸਮੁੱਚਾ ਪ੍ਰਸ਼ਾਸਨ ਸਰਕਾਰ ਫੇਲ ਹੋ ਕੇ ਰਹਿ ਗਏ ਉਦੋਂ ਬਾਅਦ ਕੀ ਕੁਛ ਜਿਹੜਾ ਉਹ ਵਾਪਰਿਆ ਸਭ ਦੇ ਜਿਹੜਾ ਜੀ ਉਹ ਸਾਹਮਣੇ ਹੈ ਇੱਕ ਕਮਿਸ਼ਨ ਜਿਹੜਾ ਸੀ ਉਹ ਪਿਛਲੀ ਸਰਕਾਰ ਨੇ ਬਣਾਇਆ ਜਸਟਿਸ ਜੋਰਾ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਉਹਦੀ ਰਿਪੋਰਟ ਆਈ ਗਈ ਹੋਗੀ ਉਹਨੂੰ ਕਿਸੇ ਨੇ ਤੱਕਿਆ ਹੀ ਨਾ ਇੱਕ ਕਮਿਸ਼ਨ ਜਿਹੜਾ ਸੀ ਉਹ ਸਿੱਖ ਜਥੇਬੰਦੀਆਂ ਨੇ ਵੀ ਬਣਾਇਆ ਸੀ ਜਸਟਿਸ ਕਾਟਜੂ ਹੋਰਾਂ ਵਾਲਾ ਉਹਨਾਂ ਨੇ ਰਿਪੋਰਟ ਕੁਛ ਦਿਨਾਂ 'ਚ ਦੇ ਦਿੱਤੀ ਉਹ ਰਿਪੋਰਟ ਜਿਹੜੀ ਸੀ ਅਖਬਾਰਾਂ ਦੇ ਵਿੱਚ ਜ਼ਰੂਰ ਲੱਗੀ ਕਿਸੇ ਸਰਕਾਰ ਨੇ ਉਹਦੇ ਵੱਲ ਧਿਆਨ ਨਾ ਦਿੱਤਾ ਸਰਕਾਰ ਬਦਲ ਗਈ ਸਰਕਾਰ ਨੇ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਰੱਦ ਕਰ ਦਿੱਤੀ ਰਿਪੋਰਟ ਕੀ ਸੀ ਇਹ ਅਜੇ ਤੱਕ ਕਿਸੇ ਨੂੰ ਨਹੀਂ ਪਤਾ ਕਿ ਉਹ ਕੀ ਸੀਗੀ ਉਸ ਤੋਂ ਬਾਅਦ ਬਣਿਆ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਕਮਿਸ਼ਨ ਕਮਿਸ਼ਨ ਦੇ ਹੱਕ ਦੇ ਵਿੱਚ ਜਿਹੜੀ ਥੋੜ੍ਹੀ ਜਿਹੀ ਇੰਨੀ ਗੱਲ ਜਾਂਦੀ ਕਿ ਇਸ ਕਮਿਸ਼ਨ ਨੂੰ ਬਹੁਤਾ ਖਿੱਚਿਆ ਨਹੀਂ ਗਿਆ ਰਬੜ ਵਾਂਗ 6 ਮਹੀਨੇ ਵਧਾ ਦਿਓ ਸਾਲ ਵਧਾ ਦਿਓ ਇਹਦੀ ਰਿਪੋਰਟ ਜਿਹੜੀ ਸੀ ਉਹ ਆਈ ਪਹਿਲਾ ਭਾਗ ਉਹਦਾ ਆਇਆ ਉਹ ਲੀਕ ਹੋ ਗਿਆ ਬਹੁਤ ਸਾਰੇ ਲੋਕਾਂ ਨੇ ਜਿਹੜਾ ਜੀ ਉਹ ਪੜ੍ਹਿਆ ਇਹਦੇ 3 ਭਾਗ ਜਿਹੜੇ ਸੀ ਉਹ ਵੀ ਸਬਮਿਟ ਹੋ ਗਏ ਹੁਣ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਇਹਦੇ ਉੱਤੇ ਬਹਿਸ ਜਿਹੜੀ ਆ ਉਹ ਇਸ ਰਿਪੋਰਟ ਦੇ ਉੱਤੇ ਹੋਣੀ ਆ ਇਸ ਬਹਿਸ ਨੂੰ ਲੈ ਕੇ ਜੋ ਸਿਆਸਤ ਜਿਹੜੀ ਆ ਉਹ ਇਸ ਵੇਲੇ ਚੱਲ ਰਹੀ ਆ ਖਾਸ ਤੌਰ ਦੇ ਉੱਤੇ ਜਿਨ੍ਹਾਂ ਵੱਲ ਉਂਗਲਾਂ ਉੱਠੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਆ ਜੇ ਲਫ਼ਜ਼ ਬੁਖਲਾਹਟ ਵਰਤਿਆ ਜਾਵੇ ਤਾਂ ਸ਼ਾਇਦ ਗਲਤ ਨਹੀਂਗਾ ਉਹ ਕਾਫੀ ਸਾਰੀ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਆ ਕੀ ਹੋਣਾ ਇਸ ਰਿਪੋਰਟ ਦੇ ਵਿੱਚ ਕੀ ਬਹਿਸ ਜਿਹੜੀ ਆ ਜੀ ਉਹ ਹੋਣੀ ਆ ਇਹਦੇ ਉੱਤੇ ਇਹ ਤਾਂ ਆਉਣ ਵਾਲਾ ਸਮਾਂ ਜਿਹੜਾ ਜੀ ਉਹ ਦੱਸੂਗਾ ਇਸ ਵੇਲੇ ਜਿਹੜੀ ਵਿਰੋਧੀ ਧਿਰ ਆ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਉਹ ਜਿਵੇਂ ਪਾਟੋ ਧਾੜ ਹੋਈ ਪਈ ਆ ਉਹਦੇ ਨਾਲ ਇੱਕ ਜਿਹੜੀ ਥੋੜ੍ਹੀ ਜਿਹੀ ਰਾਹਤ ਉਹ ਸਰਕਾਰ ਨੂੰ ਵੀ ਮਿਲ ਰਹੀ ਹੈ ਅਤੇ ਬਿਨਾਂ ਕਿਸੇ ਸ਼ੱਕ ਦੇ ਜਿਹਦੇ ਵੱਲ ਉਂਗਲਾਂ ਉੱਠ ਰਹੀਆਂ ਉਹਨਾਂ ਨੂੰ ਵੀ ਰਾਹਤ ਜਿਹੜੀ ਆ ਮਹਿਸੂਸ ਹੋ ਰਹੀ ਆ ਕਿ ਜੇ ਉਹ ਇੱਕ ਨਹੀਂ ਆਪਸ ਦੇ ਵਿੱਚ ਪਾਟੇ ਹੋਏ ਆ ਤਾਂ ਸਭ ਤੋਂ ਜਿਹੜਾ ਫਾਇਦਾ ਹੈ ਉਹ ਸਰਕਾਰ ਅਤੇ ਖਾਸ ਤੌਰ ਦੇ ਉੱਤੇ ਅਕਾਲੀ ਦਲ ਨੂੰ ਹੋਣਾ ਇਹਦੇ ਉੱਤੇ ਜੇਕਰ ਕਿਸੇ ਇੱਕ ਪਾਰਟੀ ਦੇ ਵਿਅਕਤੀ ਨੂੰ ਸੱਦੇ ਤਾਂ ਉਹਨੇ ਆਪਣੀ ਗੱਲ ਜਿਹੜੀ ਦੀ ਇੱਕ ਪਾਰਟੀ ਦੀ ਕਰਨੀ ਸੀ ਦੂਜਿਆਂ ਦੇ ਉੱਤੇ ਇਲਜ਼ਾਮ ਜੋ ਜਿਹੜਾ ਜੀ ਉਹ ਚੱਲਦਾ ਸਿਆਸਤ ਦੇ ਵਿੱਚ ਸਾਰਿਆਂ ਨੂੰ ਭੰਡੀ ਚੱਲੋ ਜਾਂ ਜਿਵੇਂ ਵਿਧਾਨ ਸਭਾ ਦੇ ਸੈਸ਼ਨ ਦੀ ਹੋਈ ਆਪਾਂ ਗੱਲ ਕਰੀਏ ਕਾਂਗਰਸੀ ਜਿਹੜੇ ਸਨ ਜਦੋਂ ਵਿਰੋਧੀ ਧਿਰ ਦੇ ਵਿੱਚ ਸਨ ਅੰਦਰ ਹੀ ਬ੍ਰਸ਼ ਕਰਦੇ ਫੋਟੋਆਂ ਪਾਉਂਦੇ ਸੀਗੇ ਕਿ ਅਸੀਂ ਨਿਕਲਣਾ ਹੀ ਨਹੀਂ ਇਹ ਵਧਾਓ ਸੈਸ਼ਨ ਜਦੋਂ ਸਰਕਾਰ ਆਈ ਇਸ ਵੇਲੇ ਸੈਸ਼ਨ ਇੰਨਾ ਕੁ ਜਿਹੜਾ ਜੀ ਉਹ ਰਹਿ ਗਿਆ ਪਤਾ ਨਹੀਂ ਇਹਦੇ ਵਿੱਚੋਂ ਕੀ ਕੁਛ ਜਿਹੜਾ ਨਿਕਲੂਗਾ ਕਿਵੇਂ ਬਿੱਲ ਪਾਸ ਹੋਣਗੇ ਕਿਵੇਂ ਇਹਦੇ ਉੱਤੇ ਜਿਹੜੀ ਉਹ ਬਹਿਸ ਹੋਊਗੀ ਇਹਦੇ ਉੱਤੇ ਪੰਜਾਬ ਦੀ ਸਿਆਸਤ ਦੇ ਉੱਤੇ ਬਹੁਤ ਇੱਕ ਵੱਖਰੀ ਨਿਗਾਹ ਰੱਖਣ ਵਾਲੇ ਪੱਤਰਕਾਰੀ ਦੇ ਵਿੱਚ ਇੱਕ ਬਹੁਤ ਹੀ ਅਹਿਮ ਨਾਮ ਜਿਨ੍ਹਾਂ ਦੀਆਂ ਰਿਪੋਰਟਾਂ ਜਿਹੜੀਆਂ ਨੇ ਉਹ ਅਕਸਰ ਚਰਚਾ ਦਾ ਵਿਸ਼ਾ ਬਣਦੀਆਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਚਰਚਾ ਦਾ ਵਿਸ਼ਾ ਬਣਦੀਆਂ ਨੇ ਫਾਇਰ ਲਾਈਨ ਦੇ ਵਿੱਚ ਬਲਵਿੰਦਰ ਜੰਮੂ ਜੀ ਅੱਜ ਸਾਡੇ ਨਾਲ ਮੌਜੂਦ ਨੇ ਜੀ ਆਇਆਂ ਨੂੰ ਜੀ ਬਹੁਤ ਮਿਹਰਬਾਨੀ ਤੁਸੀਂ ਸਮਾਂ ਕੱਢਿਆ ਜੀ ਆਪਾਂ ਇੱਥੋਂ ਹੀ ਜਿਹੜੀ ਜੀ ਉਹ ਗੱਲ ਸ਼ੁਰੂ ਕਰਦੇ ਹਾਂ ਪਹਿਲਾਂ ਤਾਂ ਮੈਂ ਥੋੜ੍ਹੇ ਜਿਹੇ ਮਿੰਟ ਜਿਹੜੇ ਜੀ ਉਹ ਜਾਣਨੇ ਚਾਹੁੰਦਾ ਤੁਹਾਡੇ ਬਾਰੇ ਦੇ ਵਿੱਚ ਜਿੰਨੇ ਵੀ ਦਰਸ਼ਕ ਨੇ ਜੀ ਇੱਥੋਂ ਤੱਕ ਹੁਣ ਤੱਕ ਦੀ ਜਿਹੜੀ ਪੱਤਰਕਾਰੀ ਦਾ ਸਫ਼ਰ ਆ ਜੀ ਉਹ ਕੈਸਾ ਰਿਹਾ ਕਿਉਂਕਿ ਪੱਤਰਕਾਰੀ ਦੇ ਵਿੱਚ ਇਹ ਸਮਾਂ ਉਹ ਆ ਮੈਂ ਇਸ ਕਰਕੇ ਜਾਣਨਾ ਚਾਹੁੰਦਾ ਪੰਧੇਰ ਸਾਹਿਬ ਵੀ ਆਏ ਸੀ ਉਹਨਾਂ ਤੋਂ ਵੀ ਪੁੱਛਿਆ ਸੀਗਾ ਇਹ ਕੈਸਾ ਇਹ ਜਿਹੜਾ ਜੀ ਉਹ ਸਮਾਂ ਹੈ ਜਦੋਂ ਜਿਹੜੀਆਂ ਸਰਕਾਰਾਂ ਨੇ ਉਹ ਅਕਸਰ ਤੋੜ ਲੈਂਦੀਆਂ ਨੇ ਖਰੀਦ ਲੈਂਦੀਆਂ ਨੇ ਜੋ ਕੁਛ ਇਲੈਕਟ੍ਰੋਨਿਕਸ ਮੀਡੀਆ ਦੇ ਵਿੱਚ ਜਿਹੜਾ ਜੀ ਉਹ ਚੱਲੀ ਜਾਂਦਾ ਕਿਸੇ ਨੂੰ ਕੱਢ ਦਿਓ ਕਿਸੇ ਨੂੰ ਪਾ ਦਿਓ ਆਹ ਰਿਪੋਰਟ ਦਿਓ ਆਹ ਰਿਪੋਰਟ ਨਾ ਦਿਓ ਪੱਤਰਕਾਰੀ ਦੇ ਮੌਜੂਦਾ ਦੌਰ ਦੇ ਵਿੱਚ ਤੁਸੀਂ ਐਜ਼ ਏ ਪੱਤਰਕਾਰ ਕਿਵੇਂ ਮਹਿਸੂਸ ਕਰ ਰਹੇ ਹੋ ਦੇਖੋ ਪੱਤਰਕਾਰੀ ਦੀ ਇਹ ਦੌਰ ਜਿਹੜਾ ਹੈ ਜਿਸ ਤਰ੍ਹਾਂ ਨੈਸ਼ਨਲ ਲੈਵਲ 'ਤੇ ਅਸੀਂ ਦੇਖ ਰਹੇ ਹਾਂ ਜਿਹੜਾ ਸਾਰਾ ਕਾਰਪੋਰੇਟ ਮੀਡੀਆ ਹੈ ਜੀ ਉਹ ਸਰਕਾਰ ਦੇ ਅੱਗੇ ਝੁੱਕ ਗਿਆ ਜੀ ਅਤੇ ਉਹਨੂੰ ਗੋਦੀ ਮੀਡੀਆ ਦਾ ਨਾਂ ਦਿੱਤਾ ਜਾ ਰਿਹਾ ਦੇਸ਼ ਦੇ ਵਿੱਚ ਨਵਾਂ ਨਾਮ ਬੜਾ ਪ੍ਰਚਲਿਤ ਹਾਂਜੀ ਅਤੇ ਹੈ ਵੀ ਇਹ ਸਹੀ ਗੱਲ ਹੈ ਕੋਈ ਐਸੀ ਅਤਖਤ ਨਹੀਂ ਨੀਗੀ ਜਿਵੇਂ ਅਸੀਂ ਮੀਡੀਆ ਦੇ ਵਿੱਚ ਜਿਵੇਂ ਸਰਕਾਰ ਆਪਣਾ ਅਸਰ ਵਧਾ ਕੇ ਆਪਣਾ ਦਬਾਅ ਪਾ ਕੇ ਮੀਡੀਆ ਨੂੰ ਚੁਕਾ ਰਹੀ ਹੈ ਆਪਣੇ ਖਿਲਾਫ਼ ਜਿਹੜੀ ਕੋਈ ਵੀ ਸੱਚ ਜਿਹੜਾ ਆਉਣ ਤੋਂ ਰੋਕਣ ਦੇ ਯਤਨ ਕਰ ਰਹੀ ਹੈ ਉਹਨੇ ਸਾਡੀ ਜਿਹੜੀ ਆ ਨਿਰਪੱਖ ਮੀਡੀਆ ਦੀ ਜਿਹੜੀ ਭੂਮਿਕਾ ਜਿਹੜੀ ਹੈ ਉਹਦੇ 'ਤੇ ਕੁਐਸਚਨ ਖੜੇ ਕਰਨੇ ਸ਼ੁਰੂ ਕਰਤੇ ਹੈ ਅਤੇ ਬਹੁਤ ਹੀ ਅਨਫਾਰਚੂਨੇਟ ਹੈ ਜਿਹੜਾ ਸਾਡੇ ਦੇਸ਼ ਦੀ ਜਮਹੂਰੀਅਤ ਹੈ ਉਹਦਾ ਚੌਥਾ ਸਤੰਭ ਆ ਉਹਦੀ ਹਾਲਤ ਜਿਹੜੀ ਹੈ ਬੜੀ ਡਾਵਾਂਡੋਲ ਵਾਲੀ ਹੋ ਗਈ ਹੈ
ਮਤਲਬ ਸੱਚ ਸਾਹਮਣੇ ਨਾ ਆਵੇ। ਮੀਡੀਆ ਦਾ ਕੰਮ ਸੱਚ ਤੇ ਖੜਨਾ, ਸਹੀ ਗੱਲ ਜਿਹੜੀ ਉਹ ਲੋਕਾਂ ਦੇ ਸਾਹਮਣੇ ਲਿਆ ਕੇ ਦੇਣੀ ਤੇ ਲੋਕ ਉਹਦੇ ਤੋਂ ਆਪਣੀ ਰਾਏ ਬਣਾ ਸਕਣ। ਪਰ ਹੁਣ ਰਾਏ ਬਣਾਉਣ ਵਾਲਾ ਜਿਹੜੀ ਤੇਰਾ ਹੈ, ਹੁਣ ਅਸੀਂ ਨੈਸ਼ਨਲ ਲੈਵਲ ਤੇ ਤੁਸੀਂ ਮੈਨੂੰ ਦੱਸੋ ਵੀ ਜਿੰਨੇ ਚੈਨਲ ਚੱਲਦੇ ਆ ਉਹਨਾਂ ਚੋਂ ਕਿੰਨੇ ਚੈਨਲ ਨੇ? ਇੱਕ ਚੈਨਲ ਨੂੰ ਜਾਂ ਡੇਢ ਚੈਨਲ ਨੂੰ, ਦੋ ਚੈਨਲ ਤੱਕ ਤੁਸੀਂ ਪਹੁੰਚ ਜਾ, ਬਾਕੀ ਤਾਂ ਸਾਰਾ ਕੁਝ ਨੋਨ ਇਸ਼ੂ ਤੇ ਇੰਨੀਆਂ ਬਹਿਸਾਂ ਹੋਣ ਲੱਗ ਗਈਆਂ ਜਿਹੜੇ ਇਸ਼ੂ ਉਹਨਾਂ ਤੇ ਗੱਲ ਹੀ ਨਹੀਂ ਹੁੰਦੀ। ਮਤਲਬ ਦੇ ਨਾਲ ਇਹ ਵੀ ਇੱਕ ਹੋ ਗਿਆ ਜੀ, ਮਤਲਬ ਕਿ ਜਦੋਂ ਰੌਲਾ ਮੈਕਸੀਮਮ ਜਿਹੜਾ ਜੀ ਇਹੀ ਪਈ ਜਾ ਰਿਹਾ ਗਲਤ ਹੈ ਗਲਤ ਹੈ, ਜਿਵੇਂ ਉਹ ਪੁਰਾਣੀ ਕਹਾਣੀ ਚੌਥੀ ਪੰਜਵੀਂ 'ਚ ਪੜ੍ਹਦੇ ਹੁੰਦੇ ਸੀ ਵੀ ਕੋਈ ਬੱਕਰੀ ਦਾ ਬੱਚਾ ਚੁੱਕੀ ਜਾਂਦਾ ਸੀ, ਉਹ ਕੁੱਤੇ ਦਾ ਬੱਚਾ ਕੁੱਤੇ ਦਾ ਬੱਚਾ, ਉਹੀ ਹੋਣ ਲੱਗ ਗਿਆ ਵੀ ਜਿਹੜੇ ਜਿਵੇਂ ਤੁਹਾਡੇ ਵਰਗੇ ਜਿਹੜੇ ਲੋਕ ਨੇ ਜਿਨ੍ਹਾਂ ਦੀਆਂ ਰਿਪੋਰਟਸ ਜਿਹਨੂੰ ਤੁਸੀਂ ਇਹ ਕਹਿ ਦਿਓ ਕਿ ਜਿਹੜੀ ਡਿੱਗ ਕਰਨੀ ਸਟੋਰੀ, ਉਹ ਤਾਂ ਤਕਰੀਬਨ ਪੱਤਰਕਾਰਾਂ 'ਚੋਂ ਗਾਇਬ ਹੀ ਹੋ ਗਈ ਜੀ, ਨਾ ਡਿੱਗ ਕਰਨ ਪ੍ਰੈਸ ਰਿਲੀਜ਼ ਦਾ ਜਿਹੜਾ ਜੀ ਉਹ ਮੀਡੀਆ ਰਹਿ ਗਿਆ। ਹੁਣ ਇਹਦੇ ਨਾਲ ਜਿਹੜੇ ਉਹ ਲੋਕ, ਮੈਂ ਫਿਰ ਕਹੂੰਗਾ ਜੀ, ਤੁਸੀਂ ਲੋਕ ਉਹ ਜਿਹੜੇ ਤੁਸੀਂ ਸਤੰਭ ਦੀ ਗੱਲ ਕੀਤੀ, ਥੰਮ ਦੀ ਜਿਹੜੀ ਜੀ ਉਹ ਗੱਲ ਕੀਤੀ, ਪਿੱਲਰ ਦੀ ਗੱਲ ਕੀਤੀ, ਉਸ ਪਿੱਲਰ ਦੇ ਵਿੱਚ ਆਪਣਾ ਖੂਨ ਪਾਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਇੱਕ ਨਾਮ ਬਲਵਿੰਦਰ ਜੰਮੂ ਜੀ ਦਾ ਵੀ ਹੈ। ਮੈਂ ਸਮਝਦਾ ਜੰਮੂ ਜੀ ਐਕਚੁਅਲੀ ਇਹਦਾ ਹੁਣ ਕਿੰਨਾ ਕੁ ਜਿਹੜਾ ਜੀ ਅਸਰ ਕਬੂਲਿਆ ਜਾਵੇ ਕਿ ਉਦੋਂ ਰੌਲਾ ਇੰਨਾ ਜ਼ਿਆਦਾ ਜਿਹੜਾ ਝੂਠ ਦਾ ਪਈ ਜਾਂਦਾ? ਦੇਖੋ ਇਹਦਾ ਅਸਰ ਤਾਂ ਪੈਂਦਾ, ਪਰ ਇਸਦਾ ਮਤਲਬ ਇਹ ਨਹੀਂ ਗਾ ਵੀ ਇਨਵੈਸਟੀਗੇਟਿਵ ਜਰਨਲਿਜ਼ਮ ਜਿਹੜਾ ਉਹ ਨਹੀਂ ਰਹੇਗਾ, ਉਹ ਕੰਟੀਨਿਊ ਕਰੇਗਾ, ਉਹਦੀ ਫੋਰਮ ਬਦਲ ਸਕਦੀ ਹੈ, ਮਤਲਬ ਕੋਈ ਹੋਰ ਢੰਗ ਤਰੀਕਾ ਆ ਸਕਦਾ, ਪਰ ਇਹ ਕੰਟੀਨਿਊ ਕਰੇਗਾ। ਇਹਨੂੰ ਇੱਕ ਲਿਮਿਟ ਤੱਕ ਆ, ਹਰੇਕ ਸਿਸਟਮ ਨੂੰ ਰਬੜ ਨੂੰ ਜਿੰਨਾ ਖਿੱਚੀ ਜਾਊਗਾ ਇੱਕ ਤਰੀਕੇ 'ਚ ਟੁੱਟ ਜਾਏਗੀ। ਇਸ ਕਰਕੇ ਇਹਨੂੰ ਦਬਾਉਣ ਦੇ ਯਤਨ ਆ, ਇਹਦੇ ਖਿਲਾਫ਼ ਵੀ ਲੋਕ ਖੜੇ ਹੋਏ ਆ ਦਿੱਲੀ ਦੇ ਵਿੱਚ, ਵੱਖੋ ਵੱਖਰੇ ਤੁਸੀਂ ਦੇਖਿਆ ਹੋਣਾ ਸਮਿਆਂ ਦੇ ਉੱਪਰ ਮਤਲਬ ਗੱਲਾਂ ਆਈਆਂ ਨੇ। ਹੁਣ ਤੁਸੀਂ ਇੱਕ ਦੇਖੋ ਵੀ ਪਹਿਲੇ ਸਮੇਂ ਦੇ ਵਿੱਚ ਜਿਹੜੇ ਤਰਕਵਾਦੀ ਸੀਗੇ, ਤਰਕਸ਼ੀਲ ਲੇਖਕ ਸੀਗੇ ਨੈਸ਼ਨਲ ਪੱਧਰ ਦੇ ਉੱਪਰ ਸਾਊਥ ਇੰਡੀਆ ਦੇ ਵਿੱਚ ਖਾਸ ਤੌਰ 'ਤੇ, ਉਹ ਮਾਰੇ ਗਏ। ਉਹਨਾਂ ਦੇ ਵਿੱਚ ਗੌਰੀ ਲੰਕੇਸ਼ ਦਾ ਨਾਂ ਬਹੁਤ ਵੱਡਾ ਸੀਗਾ, ਉਹਨੂੰ ਮਾਰਿਆ ਗਿਆ, ਅਤੇ ਉਹਦੇ ਨਾਲ ਦਬੋਲਕਰ ਅਤੇ ਹੋਰ ਕਲਬੁਰਜੀ ਵੀ ਮਾਰੇ ਗਏ। ਅਲਟੀਮੇਟਲੀ ਉਹ ਸੱਚ ਤਾਂ ਸਾਹਮਣੇ ਆਇਆ ਨਾ, ਉਹ ਮਾਰੇ ਗਏ, ਉਹ ਐਕਸਪੋਜ਼ ਹੋ ਗਿਆ। ਉਹ ਵੀ ਗੱਲ ਆ ਗਈ ਵੀ ਕਿੰਨੇ ਮਾਰਿਆ, ਉਹ ਅੰਦਰ ਹੋਏ, ਅਰੈਸਟ ਹੋਏ, ਟਾਈਮ ਲੱਗਾ। ਠੀਕ ਹੈ, ਸੁਸਾਇਟੀ ਨੂੰ ਬਹੁਤ ਵੱਡਾ ਉਹਦੇ ਨਾਲ ਘਾਟਾ ਪਿਆ, ਉਹਨਾਂ ਨੇ ਜੋ ਸਮਾਜ ਲਈ ਕੰਟਰੀਬਿਊਟ ਕਰਨਾ ਸੀ, ਯੋਗਦਾਨ ਦੇਣਾ ਸੀ, ਉਹ ਤੋਂ ਸਮਾਜ ਵਾਂਝਾ ਹੋ ਗਿਆ, ਇਹ ਇੱਕ ਬਹੁਤ ਵੱਡਾ ਨੁਕਸਾਨ ਹੈ। ਪਰ ਅਲਟੀਮੇਟਲੀ ਤਾਂ ਉੱਥੋਂ ਤੱਕ ਪਹੁੰਚਿਆ ਗਿਆ ਨਾ, ਜਿਹੜਾ ਸਾਡਾ ਦੇਸ਼ ਹੈ ਜਿੱਧਰ ਨੂੰ ਤੁਰ ਰਿਹਾ, ਇਹ ਜਿਹੜੀ ਹੈ ਇਹਦੇ ਬੇਸਿਕ ਜਿਹੜੇ ਆ ਧਰਮ ਨਿਰਪੱਖਤਾ ਦਾ ਮਾਮਲਾ ਹੈਗਾ, ਉਹਦੇ ਜਿਹੜਾ ਸਾਡਾ ਸੰਵਿਧਾਨ ਹੈ ਉਹਨੂੰ ਵੀ ਚੈਲੇਂਜ ਜਿਹੜੇ ਖੜੇ ਹੋ ਗਏ। ਇਸ ਕਰਕੇ ਇਹ ਉਹ ਫੋਰਸਿਸ ਜਿਹੜੀਆਂ ਇਸ ਦੇਸ਼ ਨੂੰ ਧਰਮ ਨਿਰਪੱਖਤਾ ਦੇ ਆਧਾਰ ਦੇ ਉੱਪਰ ਅੱਗੇ ਲਿਜਾਉਣਾ ਚਾਹੁੰਦੀਆਂ, ਉਹਨਾਂ ਦੇ ਉੱਪਰ ਵੀ ਇੱਕ ਜ਼ਿੰਮੇਵਾਰੀ ਬਣਦੀ ਵੀ ਉਹ ਵੀ ਇਸ ਮਾਮਲੇ ਦੇ ਖਿਲਾਫ਼ ਜਿਹੜੀਆਂ ਖੜੀਆਂ ਹੋਣ, ਇਹਦੇ ਖਿਲਾਫ਼ ਆਵਾਜ਼ ਉਠਾਉਣ। ਸਾਡਾ ਮੀਡੀਆ ਤਾਂ ਅਠਾਈਰ ਹੈ, ਜਿੰਨਾ ਕੁ ਮਤਲਬ ਪੋਸੀਬਲ ਆ ਉਹਦੇ ਉੱਪਰ, ਮਤਲਬ ਮੈਨੂੰ ਇਹ ਲੱਗਦਾ ਵੀ ਅਗਲੇ ਦਿਨਾਂ ਦੇ ਵਿੱਚ 1 ਸਤੰਬਰ ਨੂੰ ਇੰਡੀਅਨ ਜਰਨਲਿਸਟ ਯੂਨੀਅਨ ਜਿਹੜੀ ਨੈਸ਼ਨਲ ਪੱਧਰ 'ਤੇ ਪੱਤਰਕਾਰਾਂ ਦੀ ਔਰਗੇਨਾਈਜੇਸ਼ਨ ਆ, ਉਹ ਪੂਰੇ ਦੇਸ਼ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਸਟੇਟਾਂ ਦੇ ਵਿੱਚ ਇਹਦੇ ਖਿਲਾਫ਼ ਪ੍ਰੋਟੈਸਟ ਕਰੇਗੀ ਵੀ ਜਿਹੜਾ ਮੀਡੀਆ ਦੇ ਉੱਪਰ, ਮੀਡੀਆ ਦੀ ਫਰੀਡਮ ਦੇ ਉੱਪਰ ਐਡਾ ਵੱਡਾ ਹਮਲਾ ਹੋਇਆ ਵੈ, ਹੋਰ ਮੰਗਾਂ ਵੀ ਹੋਣਗੀਆਂ, ਪਰ ਕੋਰ ਇਸ਼ੂ ਜਿਹੜਾ ਉਹਦਾ ਇਹ ਹੈ ਵੀ ਇਹਦੇ ਉੱਪਰ ਹਮਲੇ ਨੂੰ ਜਿਹੜਾ ਬੰਦ ਕੀਤਾ ਜਾਵੇ। ਇਹ ਸਰਕਾਰ ਇਹਦੀ ਜ਼ਿੰਮੇਵਾਰੀ ਲਵੇ ਵੀ ਕਿਹੜੇ ਪਾਸੇ ਵੱਲ ਉਹ ਜਾ ਰਹੀ ਹੈ। ਇਹ ਤਰੀਕੇ ਨਾਲ ਆਵਾਜ਼ਾਂ ਉੱਠ ਰਹੀਆਂ, ਮਤਲਬ ਕਈ ਇਹ ਸਰਕਾਰ ਦੇ ਵਿੱਚ ਹੀ ਕਈ ਵਾਰੀ ਹੋਇਆ ਮੀਡੀਆ ਦੇ ਉੱਪਰ, ਸਰਕਾਰ ਨੂੰ ਪਿੱਛੇ ਵੀ ਹਟਣਾ ਪਿਆ, ਮਤਲਬ ਜਿਹੜਾ ਇਹਨਾਂ ਦਿੱਲੀ ਦੇ ਵਿੱਚ ਕੋਸ਼ਿਸ਼ ਕੀਤੀ ਹੈ। ਠੀਕ ਹੈ, ਮੀਡੀਆ ਦੇ ਅਦਾਰਿਆਂ ਦੇ ਉੱਪਰ ਕਾਫ਼ੀ ਹਮਲੇ ਹੋਏ ਆ, ਉਹਨਾਂ ਨੂੰ ਤੋੜਨ ਦਾ, ਉਹਨਾਂ ਦੇ ਵਿੱਚ ਇਸ ਤਰੀਕੇ ਦਾ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਕਿ ਕੱਲ੍ਹ ਨੂੰ ਉੱਥੋਂ ਵੀ ਆਵਾਜ਼ ਨਾ ਉੱਠੇ ਅਤੇ ਆਵਾਜ਼ ਜਿਹੜੀ ਹੈ ਕਿਸੇ ਹੋਰ ਰੂਪ ਦੇ ਵਿੱਚ ਉੱਠੇਗੀ ਉੱਠੇਗੀ। ਇੱਕ ਢੰਗ ਨਾਲ ਦਬਾਓਗੇ ਕੋਈ ਹੋਰ ਮੀਡੀਆ ਜਿਹੜਾ ਨਾ, ਉਹਦੇ ਵਿੱਚ ਕੋਈ ਛੋਟੇ ਪੱਧਰ 'ਤੇ ਨਿਕਲੇਗਾ, ਕੋਈ ਨਾ ਕੋਈ ਵੱਡੇ ਅਖਬਾਰ ਬੰਦ ਕਰ ਦੇਣਗੇ, ਵੱਡੇ ਚੈਨਲ ਬੰਦ ਕਰ ਦੇਣਗੇ, ਉਹਨਾਂ ਦੇ ਖਿਲਾਫ਼ ਛੋਟੇ ਚੈਨਲ ਆ ਜਾਣਗੇ। ਬਲਵਿੰਦਰ ਜੀ, ਜੇ ਇੱਕ ਟਾਈਮ ਹੁੰਦਾ ਸੀਗਾ ਜਦੋਂ ਜਿਹੜੇ ਪੱਤਰਕਾਰ ਪ੍ਰੈਸ ਕਾਨਫਰੰਸ ਜਾਂਦੇ ਸੀਗੇ, ਉਹ ਜਿਹੜੀ ਖਬਰ ਅਗਲੇ ਦਿਨ ਤੁਸੀਂ ਪੜ੍ਹਦੇ ਸੀ, 4 ਅਖਬਾਰ ਪੜ੍ਹ ਲਏ, 5 ਪੜ੍ਹ ਲਏ, ਇੱਕ ਡਿਫਰੈਂਟ ਫਲੇਵਰ ਹੁੰਦਾ ਸੀਗਾ ਉਸ ਖਬਰ ਦੇ ਵਿੱਚ ਕਿ ਕਿਸ ਪੱਤਰਕਾਰ ਨੇ ਕਿਸ ਪੁਆਇੰਟ ਆਫ ਵਿਊ ਨਾਲ ਉਹ ਖਬਰ ਜਿਹੜੀ ਲਾਈ। ਹੁਣ ਆਪਾਂ ਜੇ ਦੇਖਿਆ ਤਾਂ ਪ੍ਰਧਾਨ ਮੰਤਰੀ ਹੋਰੀ ਤਾਂ ਪ੍ਰੈਸ ਕਾਨਫਰੰਸ ਛੱਡ ਹੀ ਗਏ, ਕੋਈ ਪ੍ਰੈਸ ਕਾਨਫਰੰਸ ਉਹਨਾਂ ਨੇ ਓਪਨ ਕੀਤੀ ਨਹੀਂ, ਜਿਹਦੇ ਵਿੱਚ ਕਾਊਂਟਰ ਕੁਐਸਚਨ ਜਿਹੜਾ ਸੀਗਾ ਉਹ ਬਹੁਤ ਵੱਡੇ ਮਾਇਨੇ ਰੱਖਦਾ ਸੀਗਾ। ਕਿ ਇਹੀ ਕਾਰਨ ਹੈ ਕਿਉਂਕਿ ਜਿਹੜੇ ਬਹੁਤੇ ਹੈਗੇ ਨੇ ਜੀ ਪੋਲੀਟੀਸ਼ੀਅਨ, ਉਹਨਾਂ ਨੇ ਆਪੋ ਆਪਣੇ ਅਦਾਰੇ ਇੱਕ ਛੋਟੇ ਛੋਟੇ ਖੋਲ੍ਹ ਲਏ, ਉੱਥੋਂ ਪ੍ਰੈਸ ਰਿਲੀਜ਼ ਜਿਹੜੀ ਉਹ ਕੱਢੀ, ਸਾਰੇ ਅਖਬਾਰਾਂ ਚੈਨਲਾਂ ਨੂੰ ਜਿਹੜੀ ਜੀ ਉਹ ਚਲੇਗੀ। ਇਹ ਭੱਜਣ ਕਿਉਂ ਲੱਗੇ ਆ ਜੀ ਪ੍ਰੈਸ ਤੋਂ? ਦੇਖੋ, ਸੱਚ ਨੂੰ ਫੇਸ ਕਰਨਾ ਜਿਹੜਾ ਨਾ ਔਖਾ ਹੁੰਦਾ, ਅਤੇ ਇਸ ਕਰਕੇ ਮੇਨ ਜਿਹੜਾ ਕਾਰਨ ਆ ਵੀ ਕੋਈ ਕੁਐਸਚਨ ਹੀ ਨਾ ਕਰੇ, ਮਤਲਬ ਇਸ ਤਰੀਕੇ ਨਾਲ ਤੁਸੀਂ ਬਿਹੇਵ ਕਰੋ ਵੀ ਤੁਹਾਨੂੰ ਕੋਈ ਪੁੱਛੇ ਹੀ ਨਾ। ਮਤਲਬ ਇੱਕ ਤਾਨਾਸ਼ਾਹ ਵਾਲਾ ਰਵੱਈਆ ਜਿਹੜਾ ਨਾ,
मतलब वो अपनाया जा रहा। मतलब ये सवाल मैं इस बार प्रेस काउंसिल ऑफ इंडिया का मैंबर बनया, प्रेस काउंसिल ऑफ इंडिया की मीटिंग दे विच सवाल उठा, मतलब भी अगला जिहड़ा फंक्शन है वो 16 नवंबर नूं हुंदा प्रेस डे का, तो उहदे ते फलाने फलाने बंदे सद्दे जाण, तो उहदे च पीएम का भी एक नाम आया भी उन्हां नूं बुलाया जाए। फिर यह आया पिछली बारी बुलाया गया सी उदों आए सीगे, अगली बारी बुलाया जाए। मैं कहा जी मेरी राय इस मामले ते वक्री हैगी आ, ते मैं चाहुंदा वी जिहड़े व्यक्ति ने देश के प्रधानमंत्री ने 4 सालों च एक भी कानफ्रेंस नहीं की, तो वो मन के मीडिया प्रति कि रिस्पैक्ट है, कि कहना चाहता, तो मैं नहीं समझता भी उन्होंने हाँ बुलाया जाना चाहिए। अब्बा अपनी गल कहती होवे कल कुछ ना हो, लगता ना भी कुछ ने कोई गल तो कही है ना, भी ये नहीं है भी मामला किसी थान से दबी गया, कोई गल कह नहीं। इस तरीके हरेक थान के उपर गल्लां कहण वाले लोग हैगे आ, ठीक है कई कई टाइम आउंदा है मतलब आवाज दबाई जांदी है, पर ये तुसी देखो सरकार आवाज दबाउण दी जतन कर रही है, लोग उन्हां नूं किस तरीके नाल सोशल मीडिया के उपर ही, मैं सोशल मीडिया के कुछ मामलों च क्रेडिबिलिटी नहीं मानता ना, ये मेरा बहुत ज़्यादा इन्हां गल्लां ते भरोसा, पर फिर भी सोशल मीडिया के जिहड़ी सरकार पिछली वारी बीजेपी जो बहुत हमलावर सी उन्होंने खुद ही बहुत सारे सवालों का फेस करना पाया, जिमें रुपये की कीमत का मामला है, मोदी प्रधानमंत्री का बयान से भी एवं मनमोहन सिंह हुणी की कर रहे हैं, डॉलर कदे उपर नीचे हो रहा, मतलब उदो 62-63 का मामला से तो हेठा से हूँ तो डॉलर 70 हो गया ना, मतलब वो सारे एक हिस्सा वह दूजा हिस्सा मतलब उस सिचुएशन का, इवें बहुत सारे होर मामलों के उपर जिन्हें भी मतलब दावे इन्होंने किए उन्होंने सारे के उपर लोग चैलेंज करते हैं, लोग गल कह केंद्र है, तो पंजाब तो खास तौर पर इस मामले के हाँ जी पंजाब के मेरे ख्याल सदा ही तीजी धिरली जी स्पेस बनी रही है, मेरे ख्याल होर स्टेट करे ना करे पंजाब से खास करके बंगाल का भी यही स्थिति जी स्टार्टिंग इतिहास जरा जी दसता है। बलविंदर जम्मू जी साढ़े नाल मौजूद ने फायर लाइन के उन्होंने कहा कि जिहड़ियां बागी सुरां जिन्हां स्टेट के उठदियां ने, क्योंकि चीरे भी यही गए सारे जानते हैं पंजाब वाले ने चाहे वह बंगाल वाले ने, असी गलबात जी जी रिपोर्ट आई है कमीशन की वो उत्ते ये की प्रभाव सियासत के उत्ते पै सकते कि ये कुछ निकल सकता है, क्योंकि एक वो नाम है बलविंदर जम्मू जी जिन्होंने कहा जिथे उत्थे जाके गल जी जी उठाती कि क्यों सद्या जाए, सो यही इन्हों की जी जी वो पहचान है कि क्वेश्चन जरा रेज करना। एक छोटी जी ब्रेक उस तो बाद वापस परत रहे, स्वागत है जी। एक बार फिर ब्रेक तो बाद फायर लाइन के बलविंदर जम्मू जी नोन जिहड़े जर्नलिस्ट इस वेले मुल्क दे पंजाब दे इस खिते दे विच जांदे, उन्होंने एक गल जिहड़ी ब्रेक तो पहला की थी भी पंजाब दे विच तां जिहड़ी तीजी धिर दी जगह वह हमेशा ही खाली रहिंदी है, क्योंकि ये लोग अग्रैसिव लोगों का जिहड़ा जी वह सूबा है। बलविंदर जी जिहड़ी रिपोर्ट आई जिहड़ी जस्टिस रणजीत सिंह कमीशन की, हालांकि वह ऑफिशियली तौर के उत्ते अजे जनतक होनी है, वो लीक होगी, तुसी ओवरऑल पहला मैं इतों तुहाडे को जानना चाहुंदा कि तुसी समझदे हो कि जिहड़ा कमीशन है उहदी भरोसेयोगता किते ना किते वापस आई है कि उहने अपनी टाइम लिमिट दे विच ये रिपोर्ट देती और चर्चा भी बहुत वड्डा छेड़ दिता। देखो ये जिहड़ी रिपोर्ट है जिहड़ा कमीशन है वो पंजाब दे एक बहुत ही अहम मामले ते बनिया सीगा, वह सी श्री गुरु ग्रंथ साहब की बेअबदी एक सेंसिटिव बहुत बहुत ज्यादा हाँ, जिदे ते पंजाब की राजनीति जी खास करके श्रोमणी अकाली दल है उसकी राजनीति का आधार ही जड़ा ना श्री गुरु ग्रंथ साहब हैगा, उसकी सिक्ख्यावां दे उपर जिहड़ा दावा किया जाता है भी अकाली दल का यह दावा किया जाता भी असी सिखां की पार्टी हाँ सिखां की नुमाइंदा पार्टी हाँ, तो उहदा जिहड़ा सब तो वड्डा आधार है श्री गुरु ग्रंथ साहब नूं मंनदे, तो श्री गुरु ग्रंथ साहब की बेअबदी होना यह बहुत वड्डी घटना सी, ये पंजाब दे विच जिवें तुसीं पहलां कहा मतलब एक बारी पिछले 2015 दे विच पंजाब आलमोस्ट 15-16 दिन ठप्प रहा सीगा, तो यह लगता है भी सरकार नां दी कोई चीज़ नहीं रह गई, तो पिछली सरकार के मंत्रियों नूं लोकां ने किसी थां ते भी जाना मतलब बंद हो गया सी, उन्हां दा वो निकल ही नहीं सकते, इस तरीके की हालत बन गई सी। एक बहुत काफ़ी वड्डा कट्ठ अमृतसर होया सीगा चब्बेवाल, तो उहदे विच सिमरनजीत मान ने जिहड़ी एक स्टेटमेंट दित्ती उस तो बाद वह सारा कट्ठ खिंड गया, उहदे विच उन्होंने फिर खालिस्तान की गल की, तो पंजाब ने काफ़ी नुकसान जिहड़ा
ਜਿਹੜੀ ਦਹਿਸ਼ਤਗਰਦੀ ਦੀ ਮੂਵਮੈਂਟ ਸੀਗੀ ਉਹਦੇ 'ਚ ਉਠਾਇਆ ਸੀਗਾ, 35-36 ਹਜ਼ਾਰ ਲੋਕ ਮਾਰੇ ਗਏ ਅਤੇ ਲੋਕ ਉਸ ਪਾਸੇ ਵੱਲ ਤੁਰਨਾ ਨਹੀਂ ਚਾਹੁੰਦੇ। ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਵਿੱਚ ਇਹਨਾਂ ਨੇ ਕਿਹਾ ਵੀ ਅਸੀਂ ਹਫ਼ਤੇ 10 ਦਿਨਾਂ ਤੱਕ ਪ੍ਰੋਟੈਸਟ ਕਰਾਂਗੇ ਸੜਕਾਂ ਦੇ ਉੱਪਰ, ਫਲਾਣੇ ਫਲਾਣੇ ਥਾਵਾਂ 'ਤੇ ਆਵਾਂਗੇ। ਉਹ ਜਦੋਂ ਉਹ ਸੱਦਾ ਦਿੱਤਾ ਅਤੇ ਉਹਦੇ ਲੋਕ ਹੀ ਨਹੀਂ ਆਏ ਮੁੜ ਕੇ, ਲੋਕ ਆਪਣੇ ਘਰਾਂ ਦੇ ਵਿੱਚ ਫਿਰ ਵੜ ਗਏ। ਤੋ ਐਸਾ ਇੱਕ ਬਣਿਆ ਜਿਹੜਾ ਸੀਗਾ, ਲੋਕ ਜਿਹੜੇ ਪਾਸੇ ਵੱਲ ਨੂੰ ਤੁਰੇ ਸੀ ਉਹ ਸਾਰੇ ਵਾਪਸ ਮੁੜ ਗਏ ਵੀ ਇਹ ਸਾਨੂੰ ਕਿਹੜੇ ਪਾਸੇ ਵੱਲ ਲੈ ਕੇ ਜਾਣਗੇ। ਪਰ ਉਹ ਪ੍ਰੋਟੈਸਟ ਬਹੁਤ ਵੱਡਾ ਸੀਗਾ ਅਤੇ ਸਰਕਾਰ ਜਾਮ ਕਰ ਦਿੱਤੀ ਗਈ ਸੀਗੀ ਅਤੇ ਇਹ ਗੱਲਾਂ ਜਿਹੜੀਆਂ ਹੋਈਆਂ। ਕਮਿਸ਼ਨ ਨੇ ਉਸ ਮਾਮਲੇ ਦੇ ਉੱਪਰ ਜਿਹੜਾ ਜੋਰਾ ਸਿੰਘ ਕਮਿਸ਼ਨ ਬਣਿਆ ਸੀ ਉਹ ਤੋਂ ਬਾਅਦ ਇਹ ਕਮਿਸ਼ਨ ਬਣਿਆ ਅਤੇ ਇਹਨੇ ਟਾਈਮ ਸਿਰ ਰਿਪੋਰਟ ਦੇ ਕੇ ਇਸ ਕਮਿਸ਼ਨ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਇੱਕ ਗੱਲ ਦਾ ਐਡਵਾਂਟੇਜ ਮਿਲਿਆ। ਜਿਹੜੀ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਨਾ ਰਣਬੀਰ ਸਿੰਘ ਖੱਟੜਾ, ਹਾਂ ਸਿੱਟ ਬਣਾਈ ਡੀ ਆਈ ਜੀ ਦੀ ਅਗਵਾਈ ਦੇ ਵਿੱਚ, ਉਹਨੇ ਉਹ ਜਿਹੜੇ ਬੇਅਬਦੀ ਕਰਨ ਵਾਲੇ ਸੀਗੇ ਉਹਨਾਂ ਨੂੰ ਬੇਨਕਾਬ ਕਰਤਾ। ਹਾਂਜੀ, ਜਿਹੜਾ ਡੇਰੇ ਨਾਲ ਸੰਬੰਧਿਤ ਗਰੁੱਪ ਹੈ, ਜਿਹੜਾ ਡੇਰਾ ਸੱਚਾ ਸੌਦਾ ਦਾ ਗਰੁੱਪ ਸੀਗਾ, ਉਹ ਉਹਨਾਂ ਨੇ ਐਕਸਪੋਜ ਕਰਤਾ ਵੀ ਇਸ ਗਰੁੱਪ ਨੇ ਕੀਤਾ। ਉਹਨਾਂ ਨੇ ਕਾਫੀ ਸਮਾਂ ਲਾਇਆ ਇਹ ਅਤੇ ਉਹਦੇ ਨਾਲ ਇਹ ਗੱਲ ਆ ਗਈ ਔਨ ਰਿਕਾਰਡ 'ਤੇ ਆ ਗਈ ਵੀ ਇਹ ਬੰਦਿਆਂ ਨੇ ਹੀ ਜਿਹੜੀ ਆ ਬੇਅਬਦੀ ਦੇ ਕੰਮ ਕੀਤੇ ਸੀਗੇ। ਬੇਅਬਦੀ ਦੇ ਮਾਮਲੇ ਇਹਨਾਂ ਆਲੇ ਦੁਆਲੇ ਘੁੰਮਦੇ ਸੀਗੇ ਅਤੇ ਉਹ 30 ਕਿਲੋਮੀਟਰ ਦੇ ਘੇਰੇ ਦੇ ਵਿੱਚ ਹੀ ਵਾਪਰੇ ਸੀ ਮੁੱਖ ਤੌਰ ਦੇ ਉੱਪਰ। ਉਹ ਤੋਂ ਬਾਹਰ ਵੀ ਹੋਏ ਪਰ ਇੱਕ 30 ਕਿਲੋਮੀਟਰ ਦਾ ਘੇਰਾ ਸੀਗਾ ਜਿਹਦੇ ਵਿੱਚ ਖਾਸ ਤੌਰ 'ਤੇ ਮਾਮਲੇ ਉਹ ਆਧਾਰ ਬਣ ਗਏ ਕਮਿਸ਼ਨ ਦੀ ਰਿਪੋਰਟ ਦਾ। ਜੇ ਉਹ ਰਿਪੋਰਟ ਦੇ ਵਿੱਚ ਉਹ ਐਕਸਪੋਜ਼ ਨਾ ਹੋਇਆ ਹੁੰਦਾ ਸਾਰਾ ਕੁਝ ਵੀ ਕਿੰਨੇ ਬੇਅਬਦੀ ਕੀਤੀ ਹੈ, ਤਾਂ ਮੈਨੂੰ ਲੱਗਦਾ ਇਹ ਰਿਪੋਰਟ ਦਾ ਕੋਈ ਬਹੁਤ ਅਹਿਮੀਅਤ ਹੋਣੀ ਸੀ। ਇਹ ਰਿਪੋਰਟ ਵੀ ਜੋਰਾ ਸਿੰਘ ਕਮਿਸ਼ਨ ਵਾਂਗ ਹੀ ਥੋੜ੍ਹੀ ਜਿਹੀ ਐਕਸਟੈਂਸ਼ਨ ਹੋਣੀ ਸੀ। ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਆ SSP ਤੱਕ ਪਹੁੰਚਦੀ ਹੈ। ਉਹ ਜਿਹੜੇ ਬਹਿਬਲ ਕਲਾਂ ਜਿੱਥੇ 2 ਸਿੱਖ ਨੌਜਵਾਨ ਮਾਰੇ ਗਏ ਸੀਗੇ, ਕੁਝ ਜ਼ਖਮੀ ਹੋਏ ਸੀਗੇ, ਉਹਨਾਂ ਨੇ SSP ਤੱਕ ਜ਼ਿੰਮੇਵਾਰੀ ਇਹ DGP ਤੱਕ ਅਤੇ ਸਰਕਾਰ ਦੇ ਚੀਫ ਤੱਕ ਲੈ ਗਏ। ਮਤਲਬ ਇਹ ਇਹਦੇ ਵਿੱਚ ਇੰਨਾ ਫਰਕ ਹੈ। ਆਧਾਰ ਬੇਸਿਕ ਉਹੀ ਰਿਹਾ ਪਰ ਉਹ ਇੱਕ ਤੱਕ ਗਈ ਸੀ, ਇਹ ਥੋੜ੍ਹੀ ਹੋਰ ਡੂੰਘਾਈ ਦੇ ਵਿੱਚ ਗਏ। ਇਸ ਰਿਪੋਰਟ ਦੇ ਮੈਂ ਜਿੰਨੀ ਕੁ ਪੜ੍ਹੀ ਹੈ ਉਹਦੇ 3 ਹਿੱਸੇ ਬਣਦੇ। ਇੱਕ ਹਿੱਸਾ ਬੇਅਬਦੀ ਦੇ ਮਾਮਲੇ ਜਿਹੜੇ ਡਿਟੇਲ ਦੇ ਵਿੱਚ ਹੁੰਦੇ ਵੀ ਕਿਉਂ ਹੋਇਆ, ਪੁਲਿਸ ਦਾ ਐਟੀਚਿਊਡ ਕੀ ਸੀਗਾ, ਮਤਲਬ ਜਦੋਂ ਘਟਨਾਵਾਂ ਵਾਪਰਦੀਆਂ ਨੇ ਅਤੇ ਜਦੋਂ ਡੇਰੇ ਵਾਲੇ ਕੋਈ ਰਸਤਾ ਰੋਕਦੇ ਆ, ਕੋਈ ਰੇਲਾਂ ਰੋਕਦੇ ਆ, ਉਦੋਂ ਪੁਲਿਸ ਕੁਝ ਨਹੀਂ ਕਹਿੰਦੀ ਉਹਨਾਂ ਨੂੰ। ਜਦੋਂ ਬੇਅਬਦੀ ਦੇ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਜਾਂ ਆਮ ਲੋਕ ਜਿਹੜੇ ਆ ਸੜਕਾਂ 'ਤੇ ਆਉਂਦੇ ਆ, ਉਹਨਾਂ ਦੇ ਉੱਪਰ ਪੁਲਿਸ ਲਾਠੀਚਾਰਜ ਵੀ ਕਰਦੀ ਆ, ਉਹਨਾਂ ਨੂੰ ਬੈਠਣ ਨਹੀਂ ਦਿੰਦੀ। ਅਤੇ ਜਿਹੜਾ ਬਹਿਬਲ ਕਲਾਂ ਕਾਂਡ ਹੈ, ਬਹਿਬਲ ਜਿੱਥੇ 2 ਨੌਜਵਾਨ ਮਾਰੇ ਗਏ, ਉੱਥੇ ਜਿਹੜਾ ਕੀਤਾ ਗਿਆ, ਗੋਲੀਆਂ ਚਲਾਈਆਂ ਗਈਆਂ, ਲਾਠੀਚਾਰਜ ਕੀਤਾ ਗਿਆ, ਉਹ ਇੱਕ ਲਿੰਕ ਰੋਡ ਹੈ। ਲਿੰਕ ਰੋਡ ਕੋਈ ਬਹੁਤ ਵੱਡਾ ਟ੍ਰੈਫਿਕ ਵੀ ਨਹੀਂ ਰੁਕਦਾ, ਵੀ ਇਹ ਕਿਉਂ ਕੀਤਾ ਗਿਆ ਇਹ ਸਮਝ 'ਚ। ਹਾਂਜੀ, ਅਤੇ ਇਹਦੇ ਲਈ ਕਿਉਂ ਅਨਪ੍ਰਵੋਕਡ ਕੀਤਾ ਗਿਆ, ਇਹ ਕੀ ਕਾਰਨ ਸੀਗਾ? ਅਤੇ ਦੂਜੇ ਪਾਸੇ ਡੇਰੇ ਦੇ ਕੁਝ ਨਹੀਂ ਕੀਤਾ ਗਿਆ, ਡੇਰੇ ਦੇ ਸਮਰਥਕਾਂ ਨੂੰ, ਡੇਰੇ ਦੇ ਅਨਿਆਈਆਂ ਨੂੰ, ਮਤਲਬ ਤੁਸੀਂ ਕੁਝ ਨਹੀਂ ਕਹਿੰਦੇ। ਇਹ ਇੱਕ ਮਤਲਬ ਵਿਚਾਰ ਆਉਂਦਾ ਜਿਹੜਾ ਕਮਿਸ਼ਨ ਨੇ ਵੀ ਉਹਦੇ ਆਪਣੀ ਰਿਪੋਰਟ 'ਚ ਲਿਖਿਆ ਵੀ ਇਹ ਛੋਟ ਕਿਉਂ। ਬਲਵਿੰਦਰ ਜੀ, ਐਕਚੁਲੀ ਤੁਸੀਂ ਬਿਲਕੁਲ ਗੱਲ ਸਹੀ ਕੀਤੀ, ਜਿਹੜੇ ਉਹ ਬੰਦੇ ਫੜੇ ਗਏ ਬਿੱਟੂ ਐਂਡ ਗਰੁੱਪ, ਉਹਨੇ ਇਕੱਲੀ ਇਕੱਲੀ ਚੀਜ਼ ਵੀ ਜਿਹੜੀ ਉਹ ਕਿੱਥੋਂ ਚੁੱਕਿਆ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਕਿੱਥੀ ਦੇਰ ਰੱਖਿਆ, ਕਿੱਥੇ ਕਿੱਥੇ ਬੇਅਦਬੀ ਕੀਤੀ। ਪਰ ਜਿਹੜਾ ਜਿਹੜਾ ਜਿੱਧਰ ਤੁਸੀਂ ਜ਼ਿਕਰ ਜਿਹੜਾ ਜੀ ਉਹ ਕਰ ਦਿੱਤਾ ਕਿ ਉੱਥੇ ਜਿਵੇਂ ਹੁਣ CMO ਜਿਹੜਾ ਉਹਦੇ ਵਿੱਚ ਆ ਗਿਆ ਜੀ, ਕਿ ਉਹਨਾਂ ਨੇ ਇਹ ਕਿਹਾ ਕਿ ਰਾਤ ਨੂੰ 2 ਤੋਂ 2:30 ਵਜੇ ਤੱਕ ਗੱਲ ਹੁੰਦੀ ਹੈ, ਸਾਰੇ ਉਹ ਰਿਕਾਰਡ ਲੱਗ ਗਏ ਵਿੱਚ, ਫੋਨ ਦੇ ਰਿਕਾਰਡ ਲੱਗ ਗਏ, ਟੈਕਸਟ ਮੈਸੇਜ ਦੇ ਜਿਹੜੇ ਜੀ ਉਹ ਰਿਕਾਰਡ ਲੱਗ ਗਏ। ਇਹ ਇਹ ਕਿਹਾ ਜਾ ਰਿਹਾ ਜਿਵੇਂ ਚੱਲ ਰਿਹਾ, ਬਾਕੀ ਤਾਂ ਆਊਗੀ ਜਿਹੜੀ ਰਿਪੋਰਟ, ਕਿ ਇਹ ਜਿਹੜੀ ਜਾਂਦੇ ਜਾਂਦੇ ਸਮੇਤ ਸਿੰਘ ਸੈਣੀ ਹੁਰੀ ਲਿਖ ਗਏ ਕਿ ਮੈਂ ਉਹਨਾਂ ਨੂੰ ਮੌਜੂਦਾ ਸਿਚੁਏਸ਼ਨ ਦੱਸੀ ਅਤੇ ਅੱਗੋਂ ਉਹਨਾਂ ਤੋਂ ਆਰਡਰ ਜਿਹੜੇ ਸੀਗੇ ਜੀ ਉਹ ਲਏ, ਉਦੋਂ ਬਾਅਦ ਜਿਹੜੀ ਹੈ ਜੀ ਉਹ ਗੋਲੀ ਚੱਲਦੀ ਹੈ। ਇੱਥੇ ਜਿਹੜੀ ਇਨਵੋਲਵਮੈਂਟ ਸਰਕਾਰ ਦੀ ਜਿਹੜੀ ਜੀ ਉਹ ਸਟਾਰਟ ਹੋ ਜਾਂਦੀ ਹੈ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਬਾਰੇ ਦੇ ਵਿੱਚ ਇਹ ਕਿਹਾ ਜਾਂਦਾ ਜੀ ਕਿ ਉਹ ਇਸ ਤਰ੍ਹਾਂ ਦੇ ਨੇਤਾ ਆ ਕਿ ਉਹ ਕਿਸੇ ਵੀ ਮੁਸੀਬਤ ਨੂੰ ਵਧਣ ਦਿੰਦੇ ਆ, ਜਿੰਨੀ ਵਧੇ ਉਨੀ ਬੈਟਰ ਹੈ। ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀ ਹੈ ਜੀ ਇੱਦਾਂ ਦੀ ਉੱਥੋਂ ਇੰਸਟਰਕਸ਼ਨ ਜਿਹੜੀ ਮਿਲੀ ਹੋਊਗੀ ਕਿ ਕਲੀਨ ਚਾਹੀਦਾ, ਜਿਵੇਂ ਗੱਲਬਾਤ ਆ ਰਹੀ ਹੈ? ਦੇਖੋ, ਇਹਦੇ ਬਾਰੇ 2 ਤਰ੍ਹਾਂ ਦੇ ਵਰਸ਼ਨ ਨੇ। ਇੱਕ ਇਹ ਸੀਗਾ ਵੀ ਸਰਕਾਰ ਨਹੀਂ ਸੀ ਚਾਹੁੰਦੀ, ਖਾਸ ਕਰਕੇ DC ਚਾਹੁੰਦੇ ਸੀ ਵੀ ਰਸਤਾ ਸਾਫ਼ ਹੋਣਾ ਚਾਹੀਦਾ, ਉਹਦੇ 'ਚ ਇਸ ਕਿਸਮ ਦੀਆਂ ਇੰਸਟਰਕਸ਼ਨ ਜਿਹੀਆਂ, ਭਾਵੇਂ ਕਿ ਉਹਨਾਂ ਗੱਲਬਾਤ ਦੇ ਵਿੱਚ ਜਿਹੜੀ ਕਾਲ ਡਿਟੇਲ ਆ ਉਹਦੇ ਵਿੱਚ DC ਤੱਕ ਨਹੀਂ, CM ਦੇ ਆਲੇ ਦੁਆਲੇ ਹੀ ਘੁੰਮਦਾ, CM ਦੇ OSDਾਂ ਤੱਕ ਹੀ ਘੁੰਮਦਾ ਮਾਮਲਾ ਵੀ ਫਲਾਣਾ OSD ਇਸ ਵੇਲੇ ਗੱਲ ਹੋਈ, ਇੰਨੀ ਵਾਰੀ ਗੱਲ ਹੋਈ, ਉਹ ਸਾਰਾ ਰਿਕਾਰਡ ਬਣ ਗਿਆ। ਅਤੇ ਇਹ ਕਿਸੇ ਨਾ ਕਿਸੇ ਲੈਵਲ 'ਤੇ
मतलब जे पुलिस ने किया तो उपरों कोई ना कोई तो सख्ती की हदायत होएगी। सीएम ने डीजीपी नू की किया, डीजीपी ने अग्गों की एक्शन किया, ਇਹ ਗੱਲ ਉੱਪਰ ਵੱਲੋਂ ਆਉਂਦੀ ਹੈ। ਉਹ ਰਿਪੋਰਟ ਦੇ ਵਿੱਚ ਜਦੋਂ ਤੁਸੀਂ ਦੇਖਦੇ ਹੋ ਜਾਂ ਜਦੋਂ ਆ ਜਾਏਗੀ ਸਾਰੀ ਡਿਟੇਲ, ਤੇ ਉਹਦੇ ਵਿੱਚ ਇਹ ਗੱਲ ਜ਼ਰੂਰ ਆਉਂਦੀ ਹੈ ਵੀ ਕਿਤੇ ਨਾ ਕਿਤੇ ਸੀਐਮਓ ਦਾ ਰੋਲ ਹੈ। ਉਹਦੇ ਵਿੱਚ ਸੀਐਮ ਨੇ ਹੁਣ ਕੀ ਕਿਹਾ, ਕਿਉਂਕਿ ਸੀਐਮ ਕਮਿਸ਼ਨ ਦੇ ਸਾਹਮਣੇ ਪੇਸ਼ ਨਹੀਂ ਹੋਇਆ। ਮੈਂ ਕੱਲ ਪਿੱਛੇ ਜੇ ਪੁਆਇੰਟ ਆਇਆ ਸੀਗਾ ਕਿ ਤੁਸੀਂ ਬੈਟਰ ਜਵਾਬ ਦੇ ਸਕਦੇ ਹੋ, ਤੁਸੀਂ ਬਹੁਤ ਸੀਨੀਅਰ ਹੋ ਇਸ ਮਾਮਲੇ ਦੇ ਵਿੱਚ, ਕਿ ਅਣ ਐਲਾਨੇ ਮੁੱਖ ਮੰਤਰੀ ਜਿਹੜੇ ਸੀ ਉਹ ਸੁਖਬੀਰ ਸਿੰਘ ਬਾਦਲ ਹੋਰੀ ਸੀ, ਕੀ ਇਹ ਵੀ ਸੰਭਵ ਆ ਕਿ ਡਾਇਰੈਕਸ਼ਨ ਉੱਥੋਂ ਮਿਲੀ ਹੋਵੇ? ਦੇਖੋ, ਜਿਹੜਾ ਹੋਮ ਦਾ ਮਹਿਕਮਾ ਹੈ, ਜਿਹੜੀ ਪੁਲਿਸ ਆ, ਉਹ ਸਿੱਧੀ ਜਿਹੜੀ ਆ ਹੋਮ ਮਿਨਿਸਟਰ ਦੇ ਅੰਡਰ ਸੀਗੀ, ਡਿਪਟੀ ਸੀਐਮ ਦੇ ਅੰਡਰ ਸੀਗੀ। ਡਿਪਟੀ ਸੀਐਮ ਦਾ ਭਾਵੇਂ ਉਹਦੇ 'ਚ ਇਸ ਪਤਾ ਨਹੀਂ, ਮੈਂ ਜਿੰਨੀ ਕੁ ਜਾਣਕਾਰੀ ਆ ਉਹਦੇ ਨਾਂ ਨਹੀਂ ਆਉਂਦਾ, ਪਰ ਇਹ ਨਹੀਂ ਹੋ ਸਕਦਾ ਵੀ ਉਹਨਾਂ ਦੀਆਂ ਡਾਇਰੈਕਸ਼ਨ ਨਾ ਹੋਣ। ਮਤਲਬ ਇਹਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ, ਸੀਐਮ ਹੋਵੇ ਡਿਪਟੀ ਸੀਐਮ ਹੋਵੇ, ਗੱਲ ਤਾਂ ਇੱਕ ਥਾਂ 'ਤੇ ਹੀ ਹੈ ਨਾ। ਮਤਲਬ ਕਿਸੇ ਥਾਂ ਤੋਂ ਉੱਪਰੋਂ ਕੋਈ ਨਾ ਕੋਈ ਤਾਂ ਇਸ਼ਾਰਾ ਹੋਇਆ ਨਾ, ਜਿਹੜੀ ਸਖਤੀ ਦਾ ਮਾਮਲਾ ਹੋਇਆ। ਮਤਲਬ ਡੇਰੇ ਦੇ ਖਿਲਾਫ ਸਖਤੀ ਨਹੀਂ ਕਰਨੀ, ਇੱਧਰ ਸਖਤੀ ਕਰਨੀ ਹੈ। ਇਹ ਇੰਸਟਰਕਸ਼ਨ ਤੋਂ ਉੱਪਰੋਂ ਹੀ ਹੈ ਨਾ, ਜਿਹੜੇ ਪੁਲਿਸ ਅਫਸਰ ਆ ਉਹ ਵੀ ਮੰਨਦੇ ਵੀ ਸਾਨੂੰ ਜੋ ਉੱਪਰੋਂ ਡਾਇਰੈਕਸ਼ਨ ਹੋਈਆਂ ਅਸੀਂ ਐਕਟ ਕਰਦਾ। ਕਈ ਵਾਰੀ ਇਹ ਵੀ ਹੈਗਾ ਵੀ ਪੁਲਿਸ ਥੋੜ੍ਹੀ ਬਾਲੀ ਜਿਹੜੀ ਆ ਉਹ ਜਾਬਤੇ 'ਚ ਨਹੀਂ ਰਹਿੰਦੀ, ਆਪਣੇ ਤੌਰ 'ਤੇ ਵੀ ਐਕਟ ਕਰ ਜਾਂਦੀ ਆ, ਪਰ ਐਕਟ ਉਦੋਂ ਹੀ ਕਰਦੀ ਹੈ ਜਦੋਂ ਕੋਈ ਨਾ ਕੋਈ ਇੰਸਟਰਕਸ਼ਨ ਹੋਣ। ਤੇ ਲੱਗਦਾ ਹੈ ਕੋਈ ਉੱਪਰੋਂ ਇੰਸਟਰਕਸ਼ਨ ਦੀ ਜਿਹੜੀ ਗੱਲ ਹੋਈ ਆ, ਹੋ ਸਕਦਾ ਵੀ ਰਿਸਟ੍ਰੇਂਟ ਦਾ ਹੋਵੇ, ਵੀ ਲਾਠੀਚਾਰਜ ਤੱਕ ਹੋਵੇ, ਜਾਂ ਮਤਲਬ ਕਿਉਂ ਇਹ ਹੋਇਆ ਸਾਰਾ ਕੁਝ, ਇਹ ਤਾਂ ਸੀਐਮ ਬੈਟਰ ਜਵਾਬ ਦੇ ਸਕਦੇ, ਪ੍ਰਕਾਸ਼ ਸਿੰਘ ਬਾਦਲ ਹੋਣੀ ਜਾਂ ਸੁਖਬੀਰ ਹੋਣੀ ਬੈਟਰ ਜਵਾਬ ਦੇ ਸਕਦੇ ਵੀ ਗੋਲੀਕਾਂਡ ਹੋਇਆ ਕਿਉਂ। ਮਤਲਬ ਕੋਟਕਪੂਰੇ 'ਚ ਗੋਲੀ ਚੱਲੀ, ਬਹਿਬਲ ਕਲਾਂ 'ਚ ਕਿਉਂ ਗੋਲੀ ਚੱਲੀ, ਜਦੋਂ ਕਿ ਜਾਂ ਤਾਂ ਅਗਲੇ ਪਾਸੋਂ ਤੁਸੀਂ ਕਹੋ ਵੀ ਰਿਟਾਲੀਏਸ਼ਨ ਹੋਈ। ਇਹੋ ਜਿਹਾ ਮਾਮਲਾ ਬਹੁਤ ਥੋੜ੍ਹਾ, ਮਤਲਬ ਛੋਟੀ ਮੋਟੀ ਗੱਲ ਆਉਂਦੀ ਹੈ, ਪਰ ਇਹਦੇ ਇਹ ਸਕੇਲ 'ਤੇ ਨਹੀਂ ਆਉਂਦੀ ਜਿਹਦੇ 'ਤੇ ਤੁਹਾਨੂੰ ਗੋਲੀ ਚਲਾਉਣੀ ਪੈ ਜੇ। ਪੁਲਿਸ ਦੇ ਟੌਪ ਅਫੀਸ਼ੀਅਲ ਵੀ ਮੰਨਦੇ ਆ ਵੀ ਇਹ ਮਿਸ ਹੈਂਡਲਿੰਗ ਹੋਈ ਹੈ, ਵੀ ਇਵੇਂ ਨਹੀਂ ਸੀ ਹੋਣਾ ਚਾਹੀਦਾ, ਮਿਸ ਹੈਂਡਲਿੰਗ ਹੋਈ ਹੈ, ਇਹਦੇ ਨਾਲ ਮਾਮਲਾ ਜ਼ਿਆਦਾ ਵਿਗੜਿਆ। ਜਿਵੇਂ ਤੁਸੀਂ ਗੱਲ ਕੀਤੀ ਕਿ ਕੁਛ ਚੀਜ਼ਾਂ ਆਪ ਹੀ ਲੈ ਲੈਂਦੇ, ਜੇ ਇਹ ਉੱਤੋਂ ਡਾਇਰੈਕਸ਼ਨ ਹੋਵੇ ਕਿ ਮੈਨੂੰ ਨਹੀਂ ਪਤਾ, ਜਿਵੇਂ ਮਰਜ਼ੀ ਕੰਟਰੋਲ ਕਰੋ, ਤਾਂ ਇੰਨਾ ਕੁ ਉਹਨਾਂ ਨੇ ਆਪ ਹੀ ਜਿਹੜਾ ਲੈ ਲਿਆ ਵੀ ਗੋਲੀ ਵੀ ਚਲਾਉਣੀ ਚਾਹੀਦੀ ਹੈ ਪੁਲਿਸ ਨੇ। ਕਈ ਵਾਰੀ ਸੀਨੀਅਰ ਨੇ ਨੈਚੁਰਲੀ ਇਹ ਜਿਹੜਾ ਮਾਮਲਾ ਗੋਲੀ ਚਲਾਉਣ ਦਾ, ਇਹ ਛੇਤੀ ਕਿਤੇ ਨਹੀਂ ਵਾਪਰਦਾ। ਮਤਲਬ ਸਾਨੂੰ ਬਹੁਤ ਚਿਰ ਹੋ ਗਿਆ ਕਵਰ ਕਰਦਿਆਂ ਦੇਖ, ਖਾਸ ਤੌਰ 'ਤੇ ਜਿਹੜਾ ਤੁਸੀਂ ਸ਼ੁਰੂਆਤੀ ਪੁਆਇੰਟ ਜਿਹੜਾ ਇੱਕ ਉਠਾਇਆ ਸੀਗਾ ਕਿ ਉਹਨਾਂ ਦਾ ਮੇਨ ਹੈ ਹੀ ਉੱਥੇ ਇੱਕ ਪੰਥਕ ਪਾਰਟੀ ਆ, ਉਹ ਜਦੋਂ ਮਾਮਲਾ ਪੰਥ ਦੇ ਨਾਲ ਜੁੜਿਆ ਹੋਇਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜਿਆ ਹੋਇਆ, ਲੋਕ ਸ਼ਾਂਤਮਈ ਬੈਠੇ ਆ, ਫਿਰ ਗੋਲੀ ਚਲਾਉਣ ਦਾ ਹੁਕਮ ਜਿਹੜਾ ਜੀ ਉਹ ਹੋ ਸਕਦਾ ਕਿ ਉੱਤੋਂ ਆਇਆ ਹੋਵੇ? ਦੇਖੋ, ਜਦੋਂ ਸਰਕਾਰ ਆ ਨਾ, ਸਰਕਾਰ ਇਹਨਾਂ ਮਾਮਲਿਆਂ ਤੋਂ ਪਿੱਛੇ ਹਟ ਕੇ ਸਰਕਾਰ ਦੇ ਤੌਰ 'ਤੇ ਜਦੋਂ ਐਕਟ ਕਰਦੀ ਹੈ ਨਾ, ਉਦੋਂ ਡਿਫਰੈਂਟ ਸਿਚੁਏਸ਼ਨ ਹੋ ਜਾਂਦੀ ਹੈ। ਅਤੇ ਉਦੋਂ ਪੰਥਕ ਮੁੱਦੇ ਜਿਹੜੇ ਨਾ, ਉਹ ਬਹੁਤੇ ਵਾਰੀ ਪੰਥਕ ਮੁੱਦੇ ਤਾਂ ਸੱਤਾ 'ਤੇ ਆਉਣ ਲਈ ਵਰਤੇ ਜਾਂਦੇ ਆ, ਜਿੰਨਾ ਕੁ ਸਾਵਾਂ ਸਾਨੂੰ ਦੇਖਦੇ ਹਾਂ। ਮਤਲਬ ਬਹੁਤ ਸਾਰੇ ਚੋਣ ਮੈਨੀਫੈਸਟੋ ਦੇ ਅਸੀਂ ਦੇਖਦੇ ਹਾਂ, ਬਹੁਤ ਸਾਰੇ ਵਾਅਦੇ ਕੀਤੇ ਜਾਂਦੇ ਆ, ਬਹੁਤ ਇਸ ਤਰੀਕੇ ਦੀਆਂ ਗੱਲਾਂ ਕੀਤੀਆਂ ਜਾਂਦੀਆਂ। ਜਦੋਂ ਸੱਤਾ ਦੇ ਵਿੱਚ ਆ ਜਾਂਦੇ, ਸਾਰਾ ਭੁੱਲ ਭੁਲਾ ਦਿੱਤਾ ਜਾਂਦਾ ਵੀ ਇਹ ਅਸੀਂ ਵਾਅਦੇ ਕੀਤੇ ਹੀ ਨਹੀਂ ਸੀਗੇ, ਇਸ ਤਰੀਕੇ ਦਾ ਬਿਹੇਵ ਹੋਣ ਲੱਗ ਜਾਂਦਾ। ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕਹਿੰਦੇ ਵੀ ਇਹ ਹੋ ਸਕਦਾ, ਮਤਲਬ ਕਿਉਂਕਿ ਪ੍ਰੈਕਟਿਸ ਦੇ ਵਿੱਚ ਵਾਪਰਿਆ, ਪ੍ਰੈਕਟਿਸ ਦੇ ਵਿੱਚ ਇਹ ਗੱਲ ਵੀ ਆਈ ਹੈ ਜਿਹੜੀ ਕਿ ਮਤਲਬ ਅਕਾਲ ਤਖਤ ਦੇ ਜਥੇਦਾਰਾਂ, ਜਿਹੜੇ ਸਾਡੇ ਪੰਜੇ ਜਥੇਦਾਰ ਸੀ, ਉਹਨਾਂ ਵੱਲੋਂ ਡੇਰੇ ਨੂੰ ਮਾਫ਼ ਕੀਤਾ ਜਾਣਾ। ਮਤਲਬ ਇਹ ਸਵਾਲ ਅੱਜ ਵੀ ਉਨਾ ਹੀ ਖੜਾ ਜਿੰਨਾ ਉਸ ਸਮੇਂ ਖੜਾ ਸੀਗਾ, ਫਿਰ ਉਹਨਾਂ ਨੂੰ ਵਾਪਸ ਲੈ ਲੈਣਾ। ਮਤਲਬ ਇਹ ਜਿਹੜਾ ਦੋਸ਼ੀ ਬੰਦਾ ਹੈ, ਜਿਹਨੂੰ ਅਕਾਲ ਤਖ਼ਤ ਜਿਹੜਾ ਸਿੰਘ ਸਾਹਿਬਾਨ ਦੋਸ਼ੀ ਠਹਿਰਾ ਦੇਣ, ਉਹਨੂੰ ਪੇਸ਼ ਹੋਣਾ ਪੈਂਦਾ, ਹੋਰ ਕੋਈ ਰਸਤਾ ਨਹੀਂ। ਉਹਨੂੰ ਬਿਨਾਂ ਪੇਸ਼ ਹੋਏ ਸਾਰਾ ਕੁਝ ਕੀਤਾ ਗਿਆ, ਕਿਉਂ ਹੋਇਆ? ਇੱਕ ਸਿੰਪਲ ਕਾਗਜ਼ ਦੇ ਉੱਤੇ। ਮਤਲਬ ਇਹ ਇੱਕ ਵਿਵਾਦ ਦਾ ਮੁੱਦਾ, ਇਹ ਉਦੋਂ ਵੀ ਖੜਾ ਸੀ, ਅੱਜ ਵੀ ਖੜਾ, ਇਹ ਖੜਾ ਰਹੇਗਾ। ਜਿਹੜੀ ਸਹਿਕਾਰਤਾ ਮੰਤਰੀ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਨੇ ਜਿਹੜੀ ਚਿੱਠੀ ਲਿਖੀ ਅਕਾਲ ਤਖ਼ਤ ਦੇ ਜਥੇਦਾਰ ਨੂੰ, ਉਹਨੇ ਇਹੀ ਜਵਾਬ ਮੰਗਿਆ ਵੀ ਇਹ ਕਿਉਂ ਹੋਇਆ, ਇਹਦਾ ਕਾਰਨ ਕੀ ਸੀਗਾ, ਤੁਸੀਂ ਦੱਸੋ। ਇਹਦੇ ਨਾਲ ਅਕਾਲ ਤਖ਼ਤ ਦੀ ਜਿਹੜੀ ਕ੍ਰੈਡੀਬਿਲਿਟੀ ਹੈ, ਭਰੋਸੇਯੋਗਤਾ, ਉਹਨੂੰ ਇੱਕ ਬਹੁਤ ਵੱਡੀ ਢਾਹ ਲੱਗੀ ਹੈ, ਤਾਂ ਤੁਸੀਂ ਐਕਸਪਲੇਨ ਕਰੋ। ਮਤਲਬ ਮੈਨੂੰ ਨਹੀਂ ਲੱਗਦਾ ਵੀ ਇਹਦੇ 'ਤੇ ਕੋਈ ਜਵਾਬ ਆਏਗਾ ਵੀ ਕਿਉਂ ਹੋਇਆ, ਕਿਉਂਕਿ ਇਹਦੇ ਨਾਲ ਸਾਰੀ ਇੱਕ ਬਹੁਤ ਵੱਡੀ ਰਾਜਨੀਤੀ ਜਿਹੜੀ ਜੁੜੀ ਹੈ। ਅਤੇ ਦੂਜਾ ਜਿਹੜਾ ਕੱਲ੍ਹ ਐਸ ਜੀ ਪੀ ਸੀ ਨੇ ਕੀਤਾ, ਉਹਦੇ ਨਾਲ ਐਸ ਜੀ ਪੀ ਸੀ ਦੀ ਵੀ ਕ੍ਰੈਡੀਬਿਲਿਟੀ ਨੂੰ ਢਾਹ ਲੱਗੀ, ਉਹ ਢਾਹ ਪਹਿਲਾਂ ਹੀ ਕ੍ਰੈਡੀਬਿਲਿਟੀ ਨੂੰ ਬਹੁਤ ਢਾਹ ਲੱਗੀ ਹੈ, ਇਹਦੇ ਨਾਲ ਹੋਰ ਲੱਗੇਗੀ। ਤੁਸੀਂ ਇੱਕ ਜਲਦਬਾਜ਼ੀ ਤੁਸੀਂ
ਰਿਪੋਰਟ ਪੜ੍ਹੀ ਨਹੀਂ ਜੀ। ਇੱਥੋਂ ਹੀ ਆਪਾਂ ਦੁਬਾਰਾ ਸਟਾਰਟ ਜਿਹੜਾ ਜੀ ਉਹ ਕਰਦੇ ਹਾਂ। ਦੋ ਪੁਆਇੰਟ ਜਿਹੜੇ ਅਹਿਮ ਬਲਵਿੰਦਰ ਜੰਮੂ ਜੀ ਨੇ ਜਿਹੜੇ ਉਠਾਏ ਨੇ ਉਹ ਅਕਾਲ ਤਖਤ ਦੀ ਕ੍ਰੈਡੀਬਿਲਿਟੀ ਔਰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕ੍ਰੈਡੀਬਿਲਿਟੀ, ਕਿਉਂਕਿ ਇੱਕ 72 ਘੰਟੇ ਦੇ ਨੋਟਿਸ ਦੇ ਉੱਤੇ ਹੰਗਾਮੀ ਮੀਟਿੰਗ ਸੱਦੀ ਜਾਂਦੀ ਆ ਉਹ ਇਹ ਕਹਿਣ ਦੇ ਵਾਸਤੇ ਕਿ ਜਿਹੜੀ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਦੀ ਰਿਪੋਰਟ ਆਈ ਆ ਅਸੀਂ ਉਹਨੂੰ ਰੱਦ ਕਰਦੇ ਹਾਂ। ਇਹਦੇ ਵਾਸਤੇ ਕਿ ਇਹ ਗਲਤੀ ਦਰ ਗਲਤੀ ਜਿਹੜੀ ਆ ਜੀ ਉਹ ਹੋ ਰਹੀ ਆ ਔਰ ਇਹਦਾ ਅਕਾਲੀ ਸਿਆਸਤ ਦੇ ਉੱਤੇ ਪੰਜਾਬ ਦੀ ਸਿਆਸਤ ਦੇ ਉੱਤੇ ਕੀ ਪ੍ਰਭਾਵ ਜਿਹੜਾ ਜੀ ਉਹ ਪੈ ਸਕਦਾ। ਬਲਵਿੰਦਰ ਜੰਮੂ ਜੀ ਸਾਡੇ ਨਾਲ ਮੌਜੂਦ ਨੇ, ਸੀਨੀਅਰ ਪੱਤਰਕਾਰ ਨੇ, ਉਹ ਫਾਇਰ ਲਾਈਨ ਦੇ ਵਿੱਚ ਉਹ ਮੌਜੂਦ ਨੇ। ਵਾਪਸ ਪਰਤ ਰਹੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਇੱਕ ਵਾਰੀ ਫਿਰ ਬ੍ਰੇਕ ਤੋਂ ਬਾਅਦ। ਫਾਇਰ ਲਾਈਨ ਦੇ ਵਿੱਚ ਬਲਵਿੰਦਰ ਜੰਮੂ ਜੀ ਮੌਜੂਦ ਨੇ, ਸੀਨੀਅਰ ਪੱਤਰਕਾਰ ਨੇ ਔਰ ਪੰਜਾਬ ਦੇ ਹਰ ਤਕਰੀਬਨ ਰਗ ਜਿਹੜੀ ਆ ਜੀ ਉਹਦੇ ਤੋਂ ਉਹ ਵਾਕਿਫ ਨੇ। ਜਾਣ ਤੋਂ ਪਹਿਲਾਂ ਉਹਨਾਂ ਨੇ ਦੋ ਅਹਿਮ ਪੁਆਇੰਟ ਜਿਹੜੇ ਜੀ ਉਹ ਉਠਾਏ ਕਿ ਸਰਸੇ ਵਾਲੇ ਨੂੰ ਮੁਆਫ਼ੀ ਦੇਣੀ ਫਿਰ ਉਹ ਵਾਪਸ ਲੈ ਲੈਣੀ, ਜਾਂ ਜਿਹੜਾ ਉਹਦੇ ਤੋਂ ਵੀ ਉੱਪਰਲਾ ਅਹਿਮ ਪੁਆਇੰਟ ਹੈ ਕਿ ਜੇ ਅਕਾਲ ਤਖਤ ਤੋਂ ਕਿਸੇ ਨੂੰ ਮੁਆਫ਼ੀ ਦਿੱਤੀ ਜਾਂਦੀ ਤਾਂ ਉਹਨੂੰ ਪੇਸ਼ ਹੋਣਾ ਪੈਂਦਾ। ਉੱਥੇ ਪੇਸ਼ ਵੀ ਕੋਈ ਨਹੀਂ ਹੋਇਆ, ਇੱਕ ਸਲਿੱਪ ਜਿਹੜੀ ਸੀ ਉਹਦੇ ਉੱਤੇ ਇੱਕ ਲਾਈਨ ਲਿਖਤੀ ਗੁਰਮੁਖ ਸਿੰਘ ਹੋਰਾਂ ਨੇ, ਗਿਆਨੀ ਗੁਰਮੁਖ ਸਿੰਘ ਹੋਰਾਂ ਨੇ ਜਿਹੜੇ ਜੀ ਇਹ ਖੁਲਾਸੇ ਕੀਤੇ ਸੀ। ਡੇਢ ਘੰਟੇ ਦੀ ਗੱਲਬਾਤ ਅੱਜ ਵੀ ਉਹਨਾਂ ਦੀ ਜਿਹੜੀ ਹੈ ਜੀ ਉਹ ਪਈ ਆ ਕਿ ਕਿਵੇਂ ਕੋਠੀ ਦੇ ਵਿੱਚ ਸੱਦਿਆ ਗਿਆ, ਕਿਵੇਂ ਮੁੰਬਈ ਦੇ ਵਿੱਚ ਜਿਹੜਾ ਹੋਇਆ, ਅੱਜ ਉਹ ਮੁੱਕਰ ਗਏ ਨੇ ਉਹ ਵੱਖਰੀ ਗੱਲ ਹੈ। ਪਰ ਜਿਹੜੀ ਜੰਮੂ ਜੀ ਨੇ ਗੱਲ ਉਠਾਈ ਕਿ ਉਹ ਬਿਨਾਂ ਸੱਦੇ ਤੋਂ ਮੁਆਫ਼ੀ ਦੇ ਦੇਣੀ ਔਰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜਾ ਇੱਕ ਇਕੱਠ ਕਰਕੇ ਇਹ ਕਹਿ ਦੇਣਾ ਕਿ ਅਸੀਂ ਇਹਨੂੰ ਰੱਦ ਕਰਦੇ ਹਾਂ ਕੰਪਲੀਟਲੀ, ਸਿੱਖਾਂ ਦੀ ਮਿੰਨੀ ਪਾਰਲੀਮੈਂਟ ਜਿਹੜੀ ਉਹ ਕਹੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਐਡੀ ਵੱਡੀ ਸੰਸਥਾ ਬਲਵਿੰਦਰ ਜੀ, ਉਹ ਇਸ ਤਰ੍ਹਾਂ ਜਿਹੜਾ ਜੀ ਉਹ ਰੱਦ ਕਰਦੇ? ਕਮਿਸ਼ਨ ਇੱਕ ਬੈਠਾ, ਆਫਟਰ ਆਲ ਕਮਿਸ਼ਨ ਮੀਨ ਜਿਹੜਾ ਜੀ ਉਹ ਸਮਥਿੰਗ, ਤੁਸੀਂ ਉਹਨੂੰ ਪੜ੍ਹੋ, ਉਹਨੂੰ ਘੋਖੋ, ਉਹਨੂੰ ਪੁਆਇੰਟ ਵਾਈਜ਼ ਇਹ ਕਹੋ ਵੀ ਆਹ ਜਿਹੜੇ ਪੁਆਇੰਟ ਨੇ ਅਸੀਂ ਇਹਦੇ ਉੱਤੇ ਜਿਹੜਾ ਜੀ ਡਿਸਐਗਰੀ ਕਰਦੇ ਹਾਂ। ਉਹ ਤਾਂ ਹੋ ਸਕਦਾ ਕੋਈ ਵੀ ਕਰੇ। ਹੁਣ ਜਿਹੜਾ ਅਕਾਲੀ ਦਲ ਆ ਜੀ ਉਹ ਕਹਿੰਦਾ ਇਹ ਤਾਂ ਬੋਗਸ ਜਿਹੜਾ ਜੀ ਕਮਿਸ਼ਨ ਬਣਿਆ ਹੋਇਆ। ਸੁਖਬੀਰ ਸਿੰਘ ਬਾਦਲ ਹੁਰੀ ਕਹਿੰਦੇ ਉਹਦੇ ਕੋਲ ਜਿਹੜੀਆਂ ਡਿਗਰੀਆਂ ਨੇ ਉਹ ਵੀ ਜਾਲੀ ਨੇ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕੋਲ। ਇੱਥੋਂ ਤੱਕ ਇਸ ਲੈਵਲ ਤੱਕ ਈਵਨ ਉਹਨਾਂ ਦਾ ਜਿਹੜਾ ਨਾਮ ਹੈ ਇਸ ਟਾਈਪ ਦਾ ਬਲਵਿੰਦਰ ਜੀ ਕਿ ਰਣਜੀਤਾ ਜਾਂ ਇਨਜਸਟਿਸ ਜਿਹੜਾ ਜੀ ਉਹ ਇਸ ਤਰ੍ਹਾਂ ਦੇ ਜਿਹੜੇ ਲਫ਼ਜ਼ ਬੋਲਣੇ, ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਇੱਕ ਢਾਂਚਾ ਜਿਹਦੇ ਨਾਲ ਸਾਰਾ ਕੁਝ ਚੱਲਦਾ ਉਹਦੀ ਕ੍ਰੈਡੀਬਿਲਿਟੀ ਦੇ ਉੱਤੇ ਵੀ ਅਸਰ ਪਊਗਾ ਇਹੋ ਜਿਹੇ ਬਿਆਨਾਂ ਦਾ? ਮੇਰਾ ਨਹੀਂ ਖਿਆਲ ਉਹਨਾਂ ਦੀ ਕ੍ਰੈਡੀਬਿਲਿਟੀ 'ਤੇ ਅਸਰ ਪਵੇ। ਮੈਨੂੰ ਲੱਗਦਾ ਵੀ ਜਿਹੜੇ ਹਮਲੇ ਕਰ ਰਹੇ ਨਾ ਉਹਨਾਂ ਦੀ ਕ੍ਰੈਡੀਬਿਲਟੀ 'ਤੇ ਜ਼ਰੂਰ ਅਸਰ ਪਏਗਾ। ਤੁਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਵੀ ਬੇਅਬਦੀ ਦੇ ਮਾਮਲੇ ਨਹੀਂ ਹੋਏ ਜੀ। ਮਤਲਬ ਟੋਟਲ 122 ਉਸ ਟਨਿਓਰ 'ਚ ਹੋਏ, ਇਹਨਾਂ ਦੇ 'ਚ 122 ਹਮਲੇ ਬਣਦੇ ਆ ਜਿਹਦੇ ਵਿੱਚ ਦੂਜੇ ਧਰਮਾਂ ਦੀ ਬੇਅਬਦੀ ਦੇ ਮਾਮਲੇ ਵੀ ਆਉਂਦੇ ਆ, ਜਿਹਦੇ 'ਚ ਗੀਤਾ ਦਾ ਮਾਮਲਾ ਵੀ ਆਉਂਦਾ, ਕੁਰਾਨ ਦਾ ਮਾਮਲਾ ਵੀ ਆਉਂਦਾ, ਇਹ ਵੀ ਆਉਂਦਾ। ਉਹਨਾਂ ਤੋਂ ਤੁਸੀਂ ਇਨਕਾਰ ਨਹੀਂ ਕਰ ਸਕਦੇ। ਫਿਰ ਉਹ ਬੰਦੇ ਫੜੇ ਜਾਣਾ, ਉਹ ਰਿਪੋਰਟ ਤੁਸੀਂ ਅੱਜ ਤੱਕ ਵੀ ਜਿਹੜੀ ਆ ਜਿਹੜੀ ਸਿੱਟ ਦੀ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਆ ਉਹਨੂੰ ਰੱਦ ਨਹੀਂ ਕੀਤੀ। ਉਹ ਰਿਪੋਰਟ ਜਿਹੜੀ ਆ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਆਧਾਰ ਹੈ। ਤੁਸੀਂ ਅੱਜ ਤੱਕ ਉਹਨਾਂ ਬੰਦਿਆਂ ਬਾਰੇ ਨਹੀਂ ਕਿਹਾ ਵੀ ਉਹ ਗਲਤ ਫੜੇ ਆ, ਉਹਨਾਂ ਨੇ ਬੰਦੇ ਨੇ ਆਪ ਕਨਫੈਸ਼ਨ ਕੀਤੇ ਆ। ਉਹ ਤੋਂ ਬਾਅਦ ਇੱਕ FIR 307 ਦੀ ਕੋਟਕਪੂਰੇ ਜਿਹੜੀ ਗੋਲੀ ਚੱਲੀ ਉਹਦੇ ਬਾਰੇ ਹੋਏ, ਚਾਰ ਪੁਲਿਸ ਅਫੀਸ਼ਲ ਦੇ ਜਿਹੜੇ ਨਾਂ ਜਿਹੜੀ ਬਾਜਾਖਾਨਾ ਦੇ ਵਿੱਚ 302 ਦੀ FIR ਉਹਦੇ ਸ਼ਾਮਿਲ ਕੀਤੇ ਗਏ। ਇਹ ਜਿਹੜੀਆਂ ਹਕੀਕਤਾਂ ਨੇ ਇਹਨਾਂ ਤੋਂ ਤੁਸੀਂ ਕਿਵੇਂ ਮੂੰਹ ਮੋੜੋਗੇ, ਮਤਲਬ ਕਿਵੇਂ ਮੁਨਕਰਵੋਗੇ? ਇਹ ਜੋ ਕੁਝ ਵਾਪਰਿਆ ਮਤਲਬ ਇਸ ਗੱਲ ਦਾ ਕੀ ਜਵਾਬ ਦਓਗੇ ਵੀ ਤੁਸੀਂ ਡੇਰੇ ਪ੍ਰਤੀ ਜਿਹੜੀ ਇੱਕ ਸੌਫਟ ਨੀਤੀ ਰੱਖੀ, ਜਿਹੜੇ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਤੋਂ ਲੋਕਾਂ ਨੇ ਵਿਰੋਧ ਕੀਤਾ ਉਹਨਾਂ ਪ੍ਰਤੀ ਤੁਸੀਂ ਸਖਤੀ ਦੀ ਨੀਤੀ ਰੱਖੀ? ਇਹ ਜਿਹੜੇ ਤੱਥ ਨੇ, ਇਹ ਹਕੀਕਤਾਂ ਨੇ ਜਿਹੜੀਆਂ ਪੰਜਾਬ ਦੀਆਂ ਉਸ ਵੇਲੇ ਦੀਆਂ, ਇਹਨਾਂ ਤੋਂ ਕਿਵੇਂ ਮੂੰਹ ਮੋੜੋਗੇ, ਇਹਨਾਂ ਨੂੰ ਕਿਵੇਂ ਗਲਤ ਕਹੋਗੇ? ਇਹਦੇ ਬਾਰੇ SGPC ਨੂੰ ਚਾਹੀਦਾ ਸੀਗਾ ਇਹਦੀ ਪਹਿਲਾਂ ਕੋਖ ਕਰਦੇ। ਬਕਾਇਦਾ ਇਹ ਜਲਦਬਾਜ਼ੀ ਹੈ, ਬੁਖਲਾਟ ਹੈ, ਮਤਲਬ ਤੁਸੀਂ ਇਹਦਾ ਜਵਾਬ ਕੀ ਦਿਓਗੇ? ਇਹ ਜਿਹੜੇ ਤੁਸੀਂ ਲੋਕਾਂ ਦੀ ਕਚਹਿਰੀ 'ਚ ਜਾਣਾ, ਤੁਹਾਡੀ ਆਪਣੀ ਪਾਰਲੀਮੈਂਟ, ਆਪਣੀ ਪਾਰਲੀਮੈਂਟ ਦੇ ਵਿੱਚ ਇੰਨਾ ਹਨੇਰਾ ਰੱਖ ਕੇ ਤੁਸੀਂ ਚੱਲੋਗੇ ਕਿਵੇਂ? ਤੁਸੀਂ ਤਾਂ ਕਹਿੰਦੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚ 'ਤੇ ਚੱਲਣ ਦਾ ਪਹਿਰਾ ਦਿੰਦਾ, ਮਤਲਬ ਸਹੀ ਗੱਲ ਕਰਨ ਦੀ ਰੋਸ਼ਨੀ ਦਿੰਦਾ, ਅਗਵਾਈ ਕਰਦਾ, ਅਤੇ ਤੁਸੀਂ ਆਪ ਜੇ ਹਨੇਰੇ ਵਾਲੇ ਪਾਸੇ ਨੂੰ ਜਾਓਗੇ ਤਾਂ ਰੋਸ਼ਨੀ ਦਾ ਮਾਮਲਾ ਕਿੱਥੋਂ ਰਹਿ ਜਾਏਗਾ? ਤੁਹਾਨੂੰ ਚਾਹੀਦਾ ਸੀਗਾ, SGPC ਦੇ ਪ੍ਰਧਾਨ ਸਾਹਿਬ ਨੂੰ ਚਾਹੀਦਾ ਸੀਗਾ, ਹੋਰਾਂ ਧਿਰਾਂ ਨੂੰ ਚਾਹੀਦਾ ਸੀ, ਉਹਦੇ ਮੈਂਬਰਾਂ ਨੂੰ ਚਾਹੀਦਾ ਸੀਗਾ, ਉਹ ਰਿਪੋਰਟ ਨੂੰ ਪੜ੍ਹਦੇ, ਰਿਪੋਰਟ ਨੂੰ ਪੜ੍ਹਨ ਤੋਂ ਬਾਅਦ ਇੱਕ ਰਾਏ ਬਣਾਉਂਦੇ ਵੀ ਅਸੀਂ ਕਿਹੜੇ ਨੁਕਤੇ 'ਤੇ ਇਹਨੂੰ ਰੱਦ ਕਰਦੇ ਹਾਂ, ਕੀ
ਜਿਹੜੀ ਅਕਾਲ ਤਖ਼ਤ ਦੇ ਜਥੇਦਾਰਾਂ ਵੱਲੋਂ ਸਿੰਘ ਸਾਹਿਬਾਨ ਵੱਲੋਂ ਮਾਫ਼ੀ ਦੇਣਾ ਉਹ ਗਲਤ ਹੈ, ਉਹ ਠੀਕ ਸੀਗਾ, ਕਿਉਂ ਹੋਇਆ ਉਸ ਇਸ਼ੂ ਦੇ ਉੱਪਰ। ਜਿਹੜੀ ਸਿੱਟ ਨੇ ਰਿਪੋਰਟ ਪੇਸ਼ ਕੀਤੀ ਉਹਦੇ 'ਤੇ ਤੁਸੀਂ ਓਪੀਨੀਅਨ ਤੁਹਾਡੀ ਵੱਖਰੀ ਹੈ, ਜਾਂ ਗਿਆਨੀ ਗੁਰਮੁਖ ਸਿੰਘ ਨੇ ਜੋ ਪਹਿਲਾਂ ਕਿਹਾ ਸੀ ਬਦਲੀ ਤੋਂ ਪਹਿਲਾਂ ਉਹ ਸਹੀ ਹੈ, ਜਾਂ ਬਦਲੀ ਤੋਂ ਬਾਅਦ ਸਥਿਤੀ, ਜਾਂ ਉਹਨਾਂ ਦੇ ਭਰਾ ਹੱਕ ਹਿੰਮਤ ਸਿੰਘ ਨੇ ਜੋ ਕਿਹਾ। ਮਤਲਬ ਇਹ ਬਹੁਤ ਸਾਰੇ ਸਵਾਲ ਆ ਜਿਹਨਾਂ ਦੇ ਜਵਾਬ ਦੇਣੇ ਬਣਦੇ ਆ। ਤੁਸੀਂ ਇਹ ਦੋ ਲਾਈਨਾਂ 'ਚ ਕਹਿ ਦੇਣਾ ਵੀ ਅਸੀਂ ਇਸ ਰਿਪੋਰਟ ਨੂੰ ਰੱਦ ਕਰਦੇ ਹਾਂ, ਅਕਾਲੀ ਦਲ ਦੀ ਇੱਕ ਰਾਜਨੀਤਿਕ ਪਾਰਟੀ ਕਹਿ ਸਕਦੀ ਹੈ, ਪਰ ਇੱਕ ਧਾਰਮਿਕ ਸੰਸਥਾ ਵੱਲੋਂ ਇਹੋ ਜਿਹਾ ਕਹਿਣਾ, ਇਹ ਜ਼ਿਆਦਾ ਲੋਕਾਂ ਦੀਆਂ ਭਾਵਨਾ ਨਾਲ ਖਿਲਵਾੜ ਦਾ ਮਾਮਲਾ ਬਣਦਾ। ਇਸ ਕਰਕੇ SGPC ਭਾਵੇਂ ਕਿ ਅਕਾਲੀ ਦਲ ਦੇ ਜਿਹੜਾ ਪ੍ਰਧਾਨ ਆ ਉਹਨੇ ਉਹਦਾ ਪ੍ਰਧਾਨ ਲਾਉਣਾ ਹੁੰਦਾ। ਮਤਲਬ ਇਹ ਗੱਲ ਕਿੰਨੀ ਵਾਰੀ ਆਈ ਹੈ ਵੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਧਾਨ ਹੈ ਉਹ ਸਰਕਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਜੇਬ 'ਚੋਂ ਨਿਕਲਦਾ, ਮਤਲਬ ਪਰਚੀ ਆਉਂਦੀ ਉਹਦੇ ਮੁਤਾਬਕ ਹੋ ਜਾਂਦਾ। ਪਰ ਇਸ ਦੇ ਨਾਲ ਜਿਹੜੇ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਜਿਹੜੀ ਢਾਲ ਲੱਗੀ ਹੈ, ਜਿਹੜੀ ਹੋਰ ਲੱਗੇਗੀ, ਕਿਉਂਕਿ ਮਾਮਲਾ ਇੱਥੇ ਰੁਕਣਾ ਨਹੀਂ ਗਾ, ਇਹ ਗੱਲਾਂ ਅੱਗੇ ਜਾਣਗੀਆਂ। ਇਸ ਕਰਕੇ ਇਹਦੇ ਬਾਰੇ ਇਹਨਾਂ ਨੂੰ ਦੁਬਾਰਾ ਗੌਰ ਕਰਨਾ ਚਾਹੀਦਾ। ਜਿਹੜੀ ਇੱਕ ਗੱਲ ਵਿੱਚੋਂ ਇਹਦੇ 'ਚੋਂ ਗੈਪ ਜਿਹੜੀ ਉਹ ਦਿਸਦੀ ਆ ਉਹ ਇਹ ਆ ਕਿ ਜੇ ਉਹ SIT ਦੀ ਗੱਲ, ਹੁਣ ਅਕਾਲੀ ਦਲ ਦੇ ਆਗੂ ਜਿਹੜੇ ਪਿਛਲੇ 2 ਕੁ ਦਿਨ ਤੋਂ ਬਹੁਤ ਉਭਾਰ ਰਹੇ ਆ ਰਣਬੀਰ ਸਿੰਘ ਖੱਟਰਾ ਹੋਰਾਂ ਵਾਲੀ ਜਿਹੜੀ ਰਿਪੋਰਟ ਦੀ ਗੱਲ, ਉਹ ਕਹਿੰਦੇ ਜੀ ਉਹ ਦੇਖੋ ਜੀ ਅਸੀਂ ਬਣਾਈ ਸੀਗੀ, ਉਹ ਬਣਾਈ ਹੈ ਉਹਦੇ 'ਚੋਂ, ਫਿਰ ਇਹ ਡੇਰਾ ਮਨਫੀ ਕਿਵੇਂ ਕਰੀ ਜਾਂਦੇ ਆ? ਉਹ ਤਾਂ ਉਹਦੀ ਅਹਿਮ ਕਮੇਟੀ ਦੇ ਮੈਂਬਰ ਨੇ ਜਿਹੜੇ ਫੜੇ ਹੋਏ। ਨਹੀਂ ਨਹੀਂ, ਕਿਸੇ ਨੂੰ ਇਸ ਗੱਲ 'ਤੇ ਇਤਰਾਜ਼ ਨਹੀਂ ਵੀ ਤੁਸੀਂ ਬਣਾਈ ਆ, ਰਿਜ਼ਲਟ ਕਦੋਂ ਆਏ? ਹਾਂ, ਮੇਨ ਗੱਲ ਇਹ ਆ ਜਿਹੜੀ ਉਹ ਤੋਂ ਪਹਿਲਾਂ ਜਿਹੜੀ ਸਿੱਟ ਬਣੀ ਇਹਨਾਂ ਦੇ ਸਮੇਂ, ਇੱਕ ਪਹਿਲਾਂ ਬਣੀ, ਉਹਦਾ ਕੋਈ ਨਤੀਜਾ ਨਹੀਂ, ਉਹਦੀ ਕੋਈ ਮੀਟਿੰਗ ਨਹੀਂ ਹੋਈ ਉਸ ਸਿੱਟ ਦੀ। ਬਿਲਕੁਲ, ਇਹ ਸਿੱਟ ਨੇ ਕੰਮ ਕੀਤਾ, ਇਹਨੇ ਨਤੀਜਾ ਲਿਆ ਕੇ, ਤੁਸੀਂ ਇਹ ਤੁਸੀਂ ਬਣਾਈ ਮੰਨ ਲਿਆ, ਪਰ ਉਹਦੇ ਨਤੀਜੇ ਮੰਨੋ। ਉਹਨੇ ਜੋ ਕੁਝ ਉਸ ਰਿਪੋਰਟ ਨੇ ਕਿਹਾ, ਜਿਹੜੀ 10-15 ਪੇਜ ਦੀ ਰਿਪੋਰਟ ਆ, ਉਹਨੇ ਜੋ ਕੁਝ ਕਿਹਾ ਉਹਨੂੰ ਮੰਨ ਲਓ। ਆਧਾਰ ਕੀ ਹੈ? ਜਿਹੜੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਹੈ ਉਹਦਾ ਆਧਾਰ ਹੀ ਉਹ ਰਿਪੋਰਟ ਹੈ, ਉਹਦੇ ਉੱਪਰ ਅੱਗੇ ਦਾ ਪਸਾਰ ਹੈ ਵੀ ਕੀ ਹੋਇਆ, ਕਿੱਧਰ ਨੂੰ ਗਿਆ, ਕਿਵੇਂ ਮਾਮਲੇ ਵਾਪਰੇ, ਤੇ ਤੁਸੀਂ ਆਧਾਰ ਤੋਂ ਕਿਵੇਂ ਪਾ ਸਕਦੇ ਹੋ? ਜੇ ਤੁਸੀਂ ਤੁਹਾਡੀ ਬਣਾਈ ਸਿੱਟ ਮੰਨ ਲਓ। ਇੱਕ ਮਿੰਟ ਆਪਾਂ ਇੱਕ ਕਾਲ ਵੀ ਜਿਹੜੀ ਜੀ ਲੈ ਲਈ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਕੁਇਕ ਰੱਖਣਾ। ਹਾਂਜੀ ਹਾਂਜੀ ਜੀ, ਮੈਂ ਬਲਰਾਜ ਸਿੰਘ ਹੁੰਦਾ ਬੋਲਦਾ ਸ਼ਗਰਮਨ ਤੋਂ। ਹਾਂਜੀ ਹੁੰਦਲ ਸਾਹਿਬ। ਹਾਂਜੀ, ਮੇਰਾ ਵਿਚਾਰ ਹੈ ਕਿ ਹੁਣ ਜਿਹੜੀਆਂ ਸਾਡੇ ਸਿੱਖ ਕੌਮ ਕੋਲ 3 ਰਿਪੋਰਟਾਂ ਆ ਚੁੱਕੀਆਂ ਜੀ। ਨੰਬਰ 1 ਜਿਹੜਾ ਕਿ ਜਸਟਿਸ ਸੁਪਰੀਮ ਕੋਰਟ ਦਾ ਹੀ ਜਸਟਿਸ ਕਾਟਜੂ ਨੇ, ਦੂਸਰਾ ਮਹਿਤਾਬ ਸਿੰਘ, ਨਹੀਂ ਜੀ ਜਸਟਿਸ ਜੋਰਾ ਸਿੰਘ, ਜਸਟਿਸ ਜੋਰਾ ਸਿੰਘ ਸੀਗੇ, ਲਿਖਣਗੀਆਂ ਇਹਤੇ PhD ਕਰਨਗੀਆਂ, ਔਰ ਲੋਕਾਂ ਨੂੰ ਪਤਾ ਲੱਗ ਜਾਊਗਾ ਆਉਣ ਵਾਲੀਆਂ ਪੀੜੀਆਂ ਨੂੰ ਕਿ ਸ਼੍ਰੋਮਣੀ ਕਮੇਟੀ ਕਿੱਥੇ ਖੜੀ ਆ ਤੇ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਕਿੱਥੇ ਖੜਾ, ਡੇਰੇ ਵਾਲਾ ਕਿੱਥੇ ਖੜਾ, ਜਦੋਂ ਥੀਸਿਸ ਲਿਖਣਗੀਆਂ, ਜਦੋਂ PhD ਕਰਨਗੀਆਂ, ਸਾਰਾ ਕੁਛ ਆਉਣ ਵਾਲੀਆਂ ਪੀੜੀਆਂ ਦੇ ਅੱਗੇ ਆ ਜਾਣਾ ਜੀ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਜੀ। ਖੈਰ, ਉਹ ਹੋਰ ਪਾਸੇ ਵੱਲ ਨੂੰ ਜਿਹੜਾ ਜੀ ਉਹ ਲੈ ਰਹੇ, ਅਤੇ ਭਵਿੱਖ ਦੀਆਂ ਜਿਹੜੀਆਂ ਗੱਲਾਂ ਨੇ, ਥੀਸਿਸ ਜਿਹੜਾ ਉਹ ਲਿਖਿਆ ਜਾਊਗਾ ਕਿ ਅਜੇ ਤਾਂ ਇਸ ਰਿਪੋਰਟ ਦੇ ਵਿੱਚੋਂ ਜਿਹੜਾ ਜੀ ਉਹ ਕੀ ਆਉਂਦਾ ਕੀ ਨਹੀਂ ਆਉਂਦਾ। ਬਲਵਿੰਦਰ ਜੀ, ਜਿਹੜਾ ਇਸ ਵੇਲੇ ਜੋ ਵੀ ਜਿਹੜਾ ਇਹ ਚੱਲ ਰਿਹਾ, ਜਿਹੜਾ ਸਿਆਸੀ ਹੁਣ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਜੀ ਉਹ ਹੋਣਾ, ਇਹਦੇ ਵਿੱਚ ਤੁਸੀਂ ਸਮਝਦੇ ਹੋ ਕਿ ਅਕਾਲੀ ਦਲ ਜੇ ਕਿਤੋਂ ਰਾਹਤ ਮਹਿਸੂਸ ਕਰ ਰਿਹਾ ਤਾਂ ਉਹ ਵਿਰੋਧੀ ਧਿਰ ਦਾ ਜਿਹੜਾ ਪਾੜਾ ਆ ਆਪਸ ਦੇ ਵਿੱਚ ਪਿਆ ਹੋਇਆ, ਜਿਹੜੇ ਦੋ ਧੜੇ ਬਣ ਗਏ ਉੱਥੋਂ, ਉਹਨਾਂ ਨੂੰ ਲੱਗਦਾ ਕਿ ਇਹ ਰਾਹਤ ਹੈ ਕਿ ਉਹ ਚੁੱਕ ਨਹੀਂ ਸਕਣਗੇ ਉਹਨੇ ਜ਼ੋਰਦਾਰ ਤਰੀਕੇ ਨਾਲ? ਦੇਖੋ, ਉਹਦੇ ਇੱਕ ਐਡਵਾਂਟੇਜ ਤਾਂ ਅਕਾਲੀ ਦਲ ਨੂੰ ਵੀ ਹੈਗਾ, ਹਾਕਮ ਧਿਰ ਕਾਂਗਰਸ ਨੂੰ ਵੀ ਹੈਗਾ ਵੀ ਆਪ ਜਿਹੜੀ ਆ ਉਹ ਦੁਫਾੜ ਹੋ ਗਈ ਆ ਜੀ। ਦੁਫਾੜ ਅਜੇ ਉਹ ਥੋੜ੍ਹਾ ਜਿਹਾ ਢੱਕਿਆ, ਮਤਲਬ ਐਲਾਨ ਜਿਹੜਾ ਓਫਿਸ਼ਲੀ ਹੋਣਾ ਰਹਿੰਦਾ ਉਹਦੇ, ਉਹ ਅਲਟੀਮੇਟਲੀ ਹੋਣਾ ਹੀ ਹੋਣਾ ਕਿਸੇ ਨਾ ਕਿਸੇ ਦਿਨ, ਜਿਵੇਂ ਅੱਜ ਦੀਆਂ ਰਿਪੋਰਟਾਂ ਨੇ, ਭਗਵੰਤ ਮਾਨ ਨੇ ਕਿਹਾ ਵੀ ਅਸੀਂ ਖੈਰੇ ਨੂੰ ਕੱਢਾਂਗੇ, ਉਹਦੇ ਨਾਲ ਇਹ ਗੱਲ ਹੋਣੀ ਹੀ ਹੋਣੀ ਆ। ਉਹਦੇ ਇਹ ਮਾਮਲੇ ਦੇ ਵਿੱਚ ਆਪ ਦਾ ਵੀਕ ਹੋ ਜਾਣਾ, ਤੇ ਵੈਸੇ ਅਕਾਲੀ ਦਲ ਵੀ ਬਹੁਤ ਵੀਕ ਹੋਇਆ ਸੀਗਾ, ਤੇ ਇਹਦੇ ਵਿੱਚ ਜਿਹੜੀ ਸਿਆਸਤ ਬਣ ਰਹੀ ਆ, ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੋਣਾ, ਸੈਸ਼ਨ ਦੇ ਵਿੱਚ ਇੱਕ ਗੱਲ ਤੈਅ ਹੈ, ਮਤਲਬ
ਵੀ ਪਹਿਲਾਂ ਜਿਹੜੇ ਕਾਂਗਰਸ ਸੈਸ਼ਨ ਲੰਬੇ ਕਰਨ ਦੀ ਗੱਲ ਕਰਦੀ ਸੀ, ਅਕਾਲੀ ਦਲ ਛੋਟੇ ਕਰਦਾ ਸੀਗਾ, ਹੁਣ ਕਾਂਗਰਸ ਜਦੋਂ ਆਪ ਧਿਰ ਬਣ ਗਈ ਹੈ, ਹੁਕਮਰਾਨ ਬਣ ਗਈ, ਉਹਨੇ ਵੀ ਛੋਟੇ ਕਰਨੇ ਸ਼ੁਰੂ ਕਰਤੇ। ਬਿਲਕੁਲ, ਮਤਲਬ ਇਹਦੇ ਵਿੱਚ ਵੀ ਸੈਸ਼ਨ ਦੇ ਵਿੱਚ ਇੱਕ ਅਨਫਾਰਚੂਨੇਟ ਗੱਲ ਹੋਏਗੀ, ਇਹ ਰਿਪੋਰਟ ਦੇ ਆਲੇ ਦੁਆਲੇ ਸਾਰਾ ਕੁਝ ਹੋਏਗਾ। ਕੀ ਰਿਪੋਰਟ ਤੋਂ ਇਲਾਵਾ ਪੰਜਾਬ ਦੇ ਮੁੱਦੇ ਨਹੀਂ ਹੈਗੇ? ਜੀ, ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ। ਨਸ਼ੇ ਆਪਣੇ ਆਪ ਚ ਏਡਾ ਵੱਡਾ, ਉਸੇ ਤਰ੍ਹਾਂ ਦੋ ਤਿੰਨ ਥੋੜੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ, ਬਹੁਤ ਵੱਡੇ ਮਾਮਲੇ ਆ। ਯੂਥ ਇੱਥੋਂ ਭੱਜਿਆ ਜਾ ਰਿਹਾ ਵਿਦੇਸ਼ ਨੂੰ, ਹਰ ਸਾਲ 1 ਲੱਖ ਤੋਂ ਲੈ ਕੇ ਪ੍ਰਾਈਵੇਟ ਯੂਨੀਵਰਸਿਟੀਆਂ ਡਿਗਰੀਆਂ ਦੀ ਰੇਤਾ ਦੇ ਮਹਿਲਾਂ ਨੂੰ ਡਿੱਗਣ ਦਾ ਕਾਰਨ ਇਹ ਹੋ ਗਿਆ, ਕਿਉਂਕਿ ਜਦੋਂ ਪਲੱਸ 2 ਤੋਂ ਬਾਅਦ ਤੁਹਾਡੇ ਯੂਥ ਹੈ ਜਿਹੜਾ, ਉਹ ਹੈ ਹੀ ਨਹੀਂ, ਹਾਂ 1.5 ਲੱਖ ਦੇ ਕਰੀਬ ਵਿਦੇਸ਼ ਚਲ ਜਾਂਦਾ। ਉਹ ਜਿਹੜੇ ਧੜਾਧੜ ਸਾਡੇ ਇੱਥੇ ਕਾਲਜ ਖੋਲੇ ਸੀਗੇ, ਟੈਕਨੀਕਲ ਕਾਲਜ ਸੀਗਾ, ਯੂਨੀਵਰਸਿਟੀਆਂ ਬਣੀਆਂ, ਉਹ ਜਿਹਨਾਂ ਨੇ ਉਹਨਾਂ 'ਚ ਜਾਣਾ ਸੀ ਉਹ ਤਾਂ ਬਾਹਰ ਚਲੇ ਗਏ। ਬਾਕੀ ਜਿਹੜਾ ਰਹਿ ਗਿਆ ਹਿੱਸਾ, ਉਹ ਵੱਡਾ ਨਸ਼ਿਆਂ ਦਾ ਸ਼ਿਕਾਰ, ਉਹਦੇ 'ਚ ਕਾਫੀ ਹੋ ਗਿਆ। ਨਸ਼ਿਆਂ ਦੀ ਤੁਸੀਂ ਭਿਆਨਕਤਾ ਦਾ ਅੰਦਾਜ਼ਾ ਲਾਇਆ ਨਹੀਂ ਜਾਂਦਾ, ਮਤਲਬ ਜਿਹੜੀ ਇੰਨੀ ਸੀਰੀਅਸਨੈਸ ਹੈ। ਮਤਲਬ ਮੈਂ ਤੁਹਾਨੂੰ ਇੱਕ ਹਲਕੇ ਦੀ ਦੱਸਦਾ, ਮਤਲਬ ਉਹ ਪੂਰੀ ਨਹੀਂ ਗੀ, ਇੱਕ ਛੋਟੀ ਜਿਹੀ ਰਿਪੋਰਟ ਮਤਲਬ ਹੈਗੀ ਜਿਹੜੀ ਮੈਂ ਆਪ ਵੀ ਛਾਪੀ ਸੀਗੀ, ਉਹ ਸੀਗੀ ਵੀ ਦਾਖਾ ਹਲਕਾ ਲੁਧਿਆਣੇ ਦੇ ਨਾਲ ਪੈਂਦਾ, 63 ਨੌਜਵਾਨ ਜਿਹੜੇ ਆ ਨਾ ਉਹਨਾਂ ਦੇ ਮਾਪੇ ਅਤੇ ਹੋਰ ਤਰੀਕੇ ਨਾਲ ਉਹ ਜਮ੍ਹਾਂ ਉੱਥੇ ਦਾਖਲ ਕਰਵਾਏ ਗਏ ਗੁਰੂ ਨਾਨਕ ਦੇਵ ਹਸਪਤਾਲ ਪ੍ਰਾਈਵੇਟ ਦਾਖੇ ਦੇ ਵਿੱਚ ਹੀ। ਉਹਨਾਂ ਦੇ ਵਿੱਚ 55 ਨੂੰ ਕਾਲਾ ਪੀਲੀਆ ਸੀ, ਉਹਨਾਂ 'ਚੋਂ 25 ਨੂੰ HIV ਪੋਜ਼ਿਟਿਵ ਸੀਗਾ। ਮਤਲਬ ਨਸ਼ਾ ਆਪਣੀ ਥਾਂ, ਇਹ ਬਿਮਾਰੀਆਂ ਆਪਣੀ, ਉਹਨਾਂ 'ਚ ਲਾਓ ਕਿੰਨੇ ਬਚਣਗੇ। ਬਿਲਕੁਲ, ਇਸ ਪਾਸੇ ਵੱਲ ਮਤਲਬ ਬਹੁਤੇ ਜਿਹੜੇ ਅਹਿਮ ਮੁੱਦੇ ਨੇ ਉਹ ਇਹਦੇ ਥੱਲੇ। ਉਵੇਂ ਕਿਹਾ ਜਾਂਦਾ ਵੀ ਜਿਹੜੀ ਸਰਕਾਰੀ ਰਿਪੋਰਟ ਹੈ ਵੀ ਪੰਜਾਬ ਦੇ ਵਿੱਚ 44-45 ਹਜ਼ਾਰ ਨੂੰ ਕਾਲਾ ਪੀਲੀ ਹੈ, ਇਹ ਇੱਕ ਸਰਕਾਰੀ ਰਿਪੋਰਟ ਹੈ, ਡਰਾਉਣੀ ਰਿਪੋਰਟ। ਹਾਂਜੀ, ਜੇ ਹੋਰ ਅੱਗੇ ਜਾਓਗੇ ਤਾਂ ਮਤਲਬ ਆਪਾਂ ਇਹਦੇ ਪ੍ਰਭਾਵ ਜਿਹੜੇ ਜੀ ਉਹ ਪੈਣ ਵਾਲੇ ਉਹਦੇ ਉੱਤੇ ਗੱਲ ਜਿਹੜੀ ਉਹ ਕਰਦੇ, ਇਹਨਾਂ ਮਾਮਲਿਆਂ ਦੇ ਉੱਪਰ ਵੀ ਗੱਲ ਹੋਣੀ ਚਾਹੀਦੀ। ਪਰ ਸੈਸ਼ਨ ਹੈ ਕਿੰਨਾ? ਬਿਲਕੁਲ, ਉਹ ਤਾਂ ਲੈ ਕੇ 2 ਦਿਨ ਜੀ, ਦੋ ਦਿਨ ਦੇ ਵਿੱਚ ਵੀ ਉਹਦੇ ਵਿੱਚ ਕੀ ਜਿਹੜਾ ਜੀ ਹੋਊਗਾ ਪਤਾ ਹੀ ਨਹੀਂ। ਪਹਿਲਾ ਦਿਨ ਨਿਕਲ ਗਿਆ ਓਬਿਚਰੀ 'ਚ ਜੀ, ਸ਼ਰਧਾਂਜਲੀਆਂ ਦੇ ਛੁੱਟੀਆਂ, ਉਹ ਤੋਂ ਬਾਅਦ 27 ਨੂੰ ਸੈਸ਼ਨ ਸ਼ੁਰੂ ਹੋਣਾ, ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਕੁਝ ਸਮਾਂ ਥੋੜਾ ਬੜੇ ਰੌਲੇ ਰੱਪੇ ਤੋਂ ਬਾਅਦ ਰਿਪੋਰਟ ਪੇਸ਼ ਹੋ ਜਾਣੀ। ਆਪਾਂ ਇੱਥੋਂ ਹੀ ਜਿਹੜੀ ਜੀ ਉਹ ਗੱਲਬਾਤ ਕਰਦੇ ਹਾਂ ਕਿ ਇਹ ਜਿਹੜੀ ਰਿਪੋਰਟ ਪੇਸ਼ ਹੋਣੀ ਹੈ, ਕਿਹਾ ਜਾ ਰਿਹਾ ਕਿ ਇਹਦਾ ਸ਼ਾਇਦ ਜਿਹੜਾ ਦੀ ਲਾਈਵ ਟੈਲੀਕਾਸਟ ਹੋਊਗਾ, ਲੈਟਸ ਸੀ ਹੁੰਦਾ ਜਾਂ ਨਹੀਂ ਹੁੰਦਾ। ਪਰ ਪੰਜਾਬ ਦੀ ਸਿਆਸਤ ਦੇ ਉੱਤੇ ਪੈਣ ਵਾਲੇ ਪ੍ਰਭਾਵ ਜਿਹੜੇ ਨੇ ਜੀ, ਉਹ ਬਲਵਿੰਦਰ ਜੰਮੂ ਜੀ ਤੋਂ ਜ਼ਰੂਰ ਜਾਣਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਇੱਕ ਵਾਰੀ ਫਿਰ ਬ੍ਰੇਕ ਤੋਂ ਬਾਅਦ ਫਾਇਰ ਲਾਈਨ ਦੇ ਵਿੱਚ, ਔਰ ਲਾਸਟ ਸੈਗਮੈਂਟ ਵੱਲ ਨੂੰ ਅਸੀਂ ਜਿਹੜਾ ਜੀ ਉਹ ਵੱਧ ਰਹੇ ਹਾਂ। ਜਿਹੜੀ ਰਿਪੋਰਟ ਦੀ ਗੱਲ ਬਲਵਿੰਦਰ ਜੀ ਨੇ ਖੋਲ੍ਹੀ ਹੈ ਕਿ ਕਿਹੜੇ ਤਰੀਕੇ ਦੇ ਨਾਲ ਅਕਾਲੀ ਦਲ ਜਿਹੜਾ ਖਾਸ ਤੌਰ ਦੇ ਉੱਤੇ ਇਹਦੇ ਵਿੱਚ ਫਸਦਾ ਜਿਹੜਾ ਜੀ ਉਹ ਜਾ ਰਿਹਾ, ਔਰ ਜਿਸ ਕਿਸਮ ਦੇ ਬਿਆਨਬਾਜ਼ੀ ਜਾਂ ਜਿਸ ਕਿਸਮ ਦੇ ਉਹਨਾਂ ਦੇ ਵੱਲੋਂ ਜਿਹੜੇ ਜੀ ਉਹ ਬਿਆਨ ਦਿੱਤੇ ਜਾ ਰਹੇ ਆ, ਹਿੰਮਤ ਸਿੰਘ ਨੂੰ ਹੀ ਜਿਹੜਾ ਜੀ ਉਹ ਚੁੱਕ ਰਹੇ ਆ, ਹਾਲਾਂਕਿ ਇਹ ਵੀ ਗੱਲਾਂ ਸਾਹਮਣੇ ਆ ਗਈਆਂ ਕਿ ਉਹਦਾ ਜਿਹੜਾ ਪੰਜਾਬੀ ਦੇ ਵਿੱਚ ਸਾਈਨ ਕੀਤਾ, ਹੁਣ ਕਹਿੰਦੇ ਜੀ ਨਹੀਂ ਇਹ ਤਾਂ ਲਿਖਵਾਇਆ ਕਿਸੇ ਹੋਰ ਨੇ ਸੀਗਾ, ਉਹਨੂੰ ਮਕਰਾ ਲੈਣ ਦੇ ਨਾਲ ਹੀ ਉਹ ਬਹੁਤ ਵੱਡੀ ਅਚੀਵਮੈਂਟ ਸਮਝ ਰਹੇ ਆ, ਜਾਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਹੰਗਾਮੀ ਮੀਟਿੰਗ ਸੱਦਣੀ, ਤੁਰੰਤ 72 ਘੰਟੇ ਦਾ ਨੋਟਿਸ ਦੇ ਕੇ ਔਰ ਉਹਨੂੰ ਚਰਚਿਤ ਕਰਨਾ, ਇਹ ਕਹਿ ਕੇ ਕਿ ਇੱਥੇ ਬਲਵੰਤ ਸਿੰਘ ਰਾਜੋਵਾਲਾ ਨੂੰ ਜਿਹੜਾ ਜੀ ਉਹ ਜਥੇਦਾਰ ਬਣਾਇਆ ਜਾਊਗਾ, ਉਹ ਸਿਰਫ ਚਰਚਿਤ ਕਰਨ ਦੇ ਵਾਸਤੇ ਇਹ ਗੱਲਾਂ ਜਿਹੜੀਆਂ ਉਭਾਰੀਆਂ ਗਈਆਂ, ਅਤੇ ਉਹਦੇ ਵਿੱਚੋਂ ਕੱਢਿਆ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਜੀ ਉਹ ਰੱਦ ਕਰ ਰਹੀ ਹੈ ਇਹਨੂੰ ਰਿਪੋਰਟ ਨੂੰ ਜਿਹੜਾ ਜੀ। ਜੰਮੂ ਦੀ ਜਿਹੜੀ ਪੈਣ ਵਾਲੇ ਜਿਹੜੇ ਇਹਦੇ ਹੁਣ ਪ੍ਰਭਾਵ ਨੇ, ਓਵਰਆਲ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੀਆਂ ਸਿਆਸੀ ਤੌਰ ਦੇ ਉੱਤੇ ਕੀ ਇਹਨਾਂ ਦੇ ਪ੍ਰਭਾਵ ਸਰਪੰਚੀ ਚੋਣਾਂ ਦੇ ਵਿੱਚ, 19 ਦੀਆਂ ਚੋਣਾਂ ਦੇ ਵਿੱਚ ਜਿਹੜਾ ਜੀ ਉਹ ਦੇਖਣ ਨੂੰ ਮਿਲਣਗੇ, ਜਿੰਨਾ ਇਸ ਵੇਲੇ ਚਰਚਾ ਜਿਹੜਾ ਜੀ ਇਸ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਕਮਿਸ਼ਨ ਦੀ ਰਿਪੋਰਟ ਦਾ ਹੋ ਗਿਆ, ਕਿਹੋ ਜਿਹੇ ਪ੍ਰਭਾਵ ਤੁਸੀਂ ਸਿਆਸੀ ਪਾਰਟੀਆਂ ਦੇ ਦੇਖਦੇ ਹੋ? ਦੇਖੋ, ਪੰਚਾਇਤ ਚੋਣਾਂ ਦਾ ਮਾਮਲਾ ਨਹੀਂ ਮੈਂ ਸਮਝਦਾ ਇਹਦੇ 'ਚ ਆਉਣਾ। ਪੰਚਾਇਤ ਚੋਣਾਂ ਪਿੰਡ ਦੀ ਧੜੇਬਾਜ਼ੀ ਦੇ ਆਧਾਰਿਤ ਹੀ ਹੁੰਦੀਆਂ ਜੀ, ਉਹਨਾਂ ਦੇ ਪਰ ਜਿਹੜੀਆਂ ਲੋਕ ਸਭਾ ਚੋਣਾਂ ਹੋਣੀਆਂ ਜਾਂ ਵਿਧਾਨ ਸਭਾ ਚੋਣਾਂ ਹੋਣੀਆਂ, ਲੋਕ ਸਭਾ ਚੋਣਾਂ ਹੋਣੀਆਂ, ਉਹਨਾਂ 'ਤੇ ਜ਼ਰੂਰ ਇੰਪੈਕਟ ਪਏਗਾ। ਉਸ ਇੰਪੈਕਟ ਨਾਲੋਂ ਵੀ ਜਿਹੜੀ ਗੱਲ ਹੈ ਨਾ ਉਹ ਹੈਗੀ ਵੀ ਇਹ ਰਿਪੋਰਟ ਨੂੰ ਮਤਲਬ ਸੌਖੇ ਕੀਤਿਆਂ ਰੱਦ ਨਹੀਂ ਕੀਤਾ ਜਾ ਸਕਦਾ, ਇਹਦੇ ਵਿਚਲੇ ਤੱਥ ਉਹਨਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ। ਜਾਂ ਤਾਂ ਅਕਾਲੀ ਦਲ ਜਾਂ SGPC ਉਹਦੇ ਤੱਥ ਝੁਠਲਾਵੇ, ਉਹਦੇ ਵਿੱਚ ਦੋ ਬੰਦਿਆਂ ਦੀਆਂ ਦੋ ਗਵਾਹਾਂ ਦੀਆਂ, ਮਤਲਬ ਉਹਦੇ 'ਚ ਗਵਾਹ ਇੱਕ ਥੋੜ੍ਹੀ ਹੈ, ਮਤਲਬ ਉਹ 'ਚ ਬਹੁਤ ਵੱਡੀ ਗਿਣਤੀ ਗਵਾਹਾਂ ਦੀ ਆ, ਮਤਲਬ ਦੋ ਗਵਾਹਾਂ ਨਾਲ ਰਿਪੋਰਟ ਨਹੀਂ ਝੂਠੀ ਹੋਣ ਲੱਗੀ, ਨਾ ਹੀ ਕੋਈ ਰਿਪੋਰਟ 'ਤੇ ਐਡਾ ਕੋਈ ਇੰਪੈਕਟ ਪੈਣ ਲੱਗਾ। ਇਹ ਤਾਂ ਜਿਹੜੀ ਧਿਰ ਦੇ ਉੱਪਰ ਅਸਰ ਪੈ ਰਿਹਾ ਨਾ, ਜਿਹੜੀ ਜਿਹਨੂੰ ਚੁਣੌਤੀ ਪੇਸ਼ ਹੋ ਰਹੀ ਆ ਉਹਦਾ ਇੱਕ ਢੰਗ ਤਰੀਕਾ ਲੱਭ ਰਹੀ, ਇੱਕ ਇਸ ਤਰੀਕੇ ਦਾ ਵੀ ਇਹਨੂੰ ਡੀਫੇਮ ਕਰ ਕਿਵੇਂ ਕੀਤਾ ਜਾਵੇ, ਕਿਵੇਂ ਇਹਦੀ ਕ੍ਰੈਡੀਬਿਲਿਟੀ ਜਿਹੜੀ ਭਰੋਸੇਯੋਗਤਾ ਵਿਸ਼ਵਾਸਯੋਗਤਾ
ਉਹਦੇ 'ਤੇ ਕਿਵੇਂ ਸੱਟ ਮਾਰੀ ਜਾਵੇ, ਉਹ ਸੱਟ ਬਹੁਤ ਹੀ ਨਹੀਂ ਵੱਜਣੀ, ਥੋੜ੍ਹੀ ਵਾਲੀ ਤਾਂ ਵੱਜ ਸਕੇਗੀ, ਥੋੜ੍ਹੀ ਵਾਲੀ ਗੱਲ ਹੋ ਸਕੇਗੀ, ਪਰ ਮੁੱਖ ਤੌਰ 'ਤੇ ਹੋਣੀ ਨਹੀਂ ਗੀ। ਪੰਜਾਬ ਜਾਣਦਾ, ਜਿਹੜੇ ਪੜ੍ਹੇ ਲਿਖੇ ਲੋਕ ਆ ਉਹ ਜਾਣਦੇ ਆ ਵੀ ਹਕੀਕਤ ਕੀ ਹੈ। ਬੰਦੇ ਮਰੇ ਨੇ, ਉਹਨਾਂ ਨੂੰ ਤੁਸੀਂ ਕਿਵੇਂ ਚੜ੍ਹਾ ਸਕਦੇ ਹੋ? ਗੋਲੀ ਚੱਲੀ ਹੈ। ਗੋਲੀ ਚੱਲਣ ਤੋਂ ਬਾਅਦ ਦੋ ਕੇਸਾਂ ਦੇ ਵਿੱਚ ਇੱਕ ਕੇਸ ਨਵਾਂ ਦਰਜ ਹੋਇਆ, ਚਾਰ ਪੁਲਿਸ ਵਾਲੇ ਨਾਮਜ਼ਦ ਹੋਏ ਆ। ਤੁਸੀਂ ਵੀ ਦੋ ਵਾਰੀ ਜਾਂਚ CBI ਨੂੰ ਦਿੱਤੀ ਹੈ, ਜਿਹੜੇ DGP ਲੈਵਲ ਦੇ ਅਧਿਕਾਰੀ ਹੈ, ਚਾਰ ਪੰਜ ਜਿਹੜੇ ਪਿੱਛੇ ਰਹਿ ਗਏ, ਉਹਨਾਂ ਦੀ ਜਾਂਚ CBI ਨੂੰ ਦਿੱਤੀ ਗਈ ਹੈ। ਉਹਨਾਂ ਦੀ ਜਾਂਚ CBI ਕਰੇਗੀ, ਕੀ ਆਉਂਦਾ, ਉਹ ਦੋ ਸਾਲਾਂ 'ਚ ਰਿਪੋਰਟ ਆਉਂਦੀ ਨਹੀਂ ਆਉਂਦੀ, ਕੀ ਹੋਏਗਾ, ਉਹ ਇੱਕ ਵੱਖਰਾ ਵਿਸ਼ਾ। ਪਰ ਜਿਹੜੀ ਰਿਪੋਰਟ ਆਈ ਹੈ, ਮੈਂ ਇਹ ਦਾਅਵਾ ਨਹੀਂ ਕਹਿ ਸਕਦਾ ਇਹਨੂੰ ਰੱਦ ਨਹੀਂ ਕੀਤਾ ਜਾ ਸਕਦਾ। ਰੱਦ ਕਰਨਾ, ਇਹਦੇ ਵਿਚਲੇ ਫੈਕਟਸ ਨੇ, ਫੈਕਟ ਨੂੰ ਕਿਵੇਂ ਝਟਲਾਓਗੇ? ਉਹਦੇ ਠੀਕ ਹੈ, ਥੋੜ੍ਹੀ ਜਿਹੀ ਕਿਸੇ ਪਾਸੇ ਵੱਲ ਨੂੰ ਹੋ ਸਕਦੀ ਆ, ਉਹਦੇ ਨਾਲ ਕਾਂਗਰਸ ਨੂੰ, ਕਾਂਗਰਸ ਤਾਂ ਉਸ ਰਿਪੋਰਟ ਦੇ ਆਧਾਰ 'ਤੇ ਆਪਣੀ ਸਾਰੀ ਰਾਜਨੀਤੀ ਚਲਾਉਣਾ ਚਾਹੁੰਦੀ ਹੈ। ਉਹਦੀ ਤਿਆਰੀ ਇਸ ਤਰੀਕੇ ਦੀ ਹੈ ਵੀ ਇਸ ਰਿਪੋਰਟ ਦੇ ਨਾਲ ਅਕਾਲੀ ਦਲ ਦੇ ਉੱਪਰ ਅਟੈਕ ਕੀਤਾ ਜਾਏਗਾ। ਉਹ ਅਟੈਕ ਬਣ ਹੀ ਜਾ, ਨਾ ਵੀ ਕਾਂਗਰਸ ਕਰੇ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਬਿਮਾਰ ਹੋ ਜਾਣਾ, ਬਿਰਧ ਹੋ ਜਾਣਾ, ਉਹਨਾਂ ਦਾ ਸਿਆਸਤ ਦੇ ਵਿੱਚੋਂ ਤਕਰੀਬਨ ਕਿਨਾਰਾ ਕਰ ਲੈਣਾ, ਕਿਤੇ ਨਾ ਕਿਤੇ ਲੱਗਦਾ ਕਿ ਅਕਾਲੀ ਦਲ ਦੀ ਉਹ ਢਾਲ ਜਿਹੜੀ ਹੈ ਉਹ ਢਲ ਗਈ ਹੈ? ਦੇਖੋ, ਮਤਲਬ ਜਿੱਦਾਂ ਵੱਡਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਕੱਦ ਸੀਗਾ, ਉਹਦੇ ਨਾਲ ਉਹਨਾਂ ਦਾ ਖੜ੍ਹੇ ਰਹਿਣਾ ਅਕਾਲੀ ਦਲ ਲਈ ਬਹੁਤ ਵੱਡੀ ਇੱਕ ਦੁਆਰ ਸੀਗੇ ਉਹ, ਮਤਲਬ ਜਿਹਦੇ ਆਲੇ ਦੁਆਲੇ ਸਾਰਾ ਕੁਝ ਛੁਪ ਜਾਂਦਾ ਸੀਗਾ, ਮਤਲਬ ਜਿਹੜੀਆਂ ਨਾਕਾਮੀਆਂ ਉਹ ਵੀ ਛੁਪ ਜਾਂਦੀਆਂ ਸੀਗੀਆਂ। ਪਰ ਇੱਕ ਉਮਰ ਹੈ, ਉਮਰ ਦਾ ਤਕਾਜ਼ਾ ਹੈ, ਉਸ ਉਮਰ ਦੇ ਵਿੱਚ ਮੇਰਾ ਖਿਆਲ ਆਮ ਔਸਤ ਉਮਰ ਤਾਂ ਸਾਡੀ ਕਾਫੀ ਘੱਟ ਹੈ, ਉਹ ਕਾਫੀ ਮਤਲਬ ਲੰਮੀ ਉਮਰ ਹੈ, ਅਜੇ ਵੀ ਉਹ ਹੋਰ ਉਮਰ ਭੋਗਣ। ਪਰ ਉਹਦੇ ਨਾਲ ਅਕਾਲੀ ਦਲ ਨੂੰ ਕਾਫੀ ਨੁਕਸਾਨ ਹੋਏਗਾ, ਉਹਦਾ ਨੁਕਸਾਨ ਦਾ ਅੱਜ ਅੰਦਾਜ਼ਾ ਨਹੀਂ ਕੀਤਾ ਜਾ ਸਕਦਾ, ਇਸ ਵੇਲੇ ਨਹੀਂ ਅਸੀਂ ਕਰ ਸਕਦੇ। ਉਹ ਜਿੰਨੇ ਮਤਲਬ ਘੱਟ ਐਕਟਿਵ ਹੋਣਗੇ ਉਹਨਾਂ ਹੀ ਇਹਨਾਂ ਨੂੰ ਔਖਾ ਹੋਏਗਾ। ਉਹਨਾਂ ਦੀ ਗੱਲ ਨੂੰ ਵਿਰੋਧੀ ਹੋਵੇ, ਦੂਜੇ ਹੋਣ, ਹਕਮ ਦੇ, ਉਹ ਸਾਰਿਆਂ ਨੂੰ ਸੁਣਨੀ ਪੈਂਦੀ ਸੀਗੀ ਵੀ ਇਹਨਾਂ ਦੀ ਗੱਲ ਸੁਣੋ। ਮਤਲਬ ਪੰਜ ਵਾਰੀ ਮੁੱਖ ਮੰਤਰੀ ਬਣਿਆ, ਇਹ ਇਹਨਾਂ ਦਾ ਤਜਰਬਾ ਹੀ ਇੰਨਾ ਹੋ ਗਿਆ, ਉਹਦੇ ਆਧਾਰ 'ਤੇ ਜਿਹੜੀ ਗੱਲ ਕਰਨਗੇ ਅਤੇ ਉਹਦੇ ਨਾਲ ਇੱਕ ਅਸਰ ਪਏਗਾ। ਜਾਂਦੇ ਜਾਂਦੇ ਸਟਾਰਟਿੰਗ ਜਿੱਥੇ ਤੁਸੀਂ ਕੀਤੀ ਸੀ, ਮੈਂ ਉੱਥੇ ਤੁਹਾਨੂੰ ਜਿਹੜਾ ਜੀ ਉਹ ਲਿਆਉਣਾ। ਤੁਸੀਂ ਕਿਹਾ ਸੀ ਪੰਜਾਬ ਹਮੇਸ਼ਾ ਤੀਜੀ ਧਿਰ ਲਈ ਜਿਹੜਾ ਜੀ ਉਹ ਰੈਡੀ ਰਹਿੰਦਾ। ਸ਼ਾਰਟ ਦੇ ਵਿੱਚ ਦੱਸਣਾ, ਜਿਹੜੀ ਤੀਜੀ ਧਿਰ ਉੱਠੀ ਸੀ ਜਿਹਨੂੰ ਲੋਕਾਂ ਨੇ ਵਿਰੋਧੀ ਧਿਰ ਜਿਹੜਾ ਜੀ ਉਹ ਬਣਾਤਾ ਸੀਗਾ, ਕੀ ਇਸ ਰਿਪੋਰਟ ਤੋਂ ਬਾਅਦ ਉਹਦਾ ਵੀ ਚਿਹਰਾ ਕੁਛ ਨੰਗਾ ਹੋਊਗਾ ਜੀ, ਆਪਸ ਜਿਵੇਂ ਲੜ ਜਾਂਦੇ ਆ? ਨਹੀਂ, ਨੰਗਾ ਨਹੀਂ, ਬੁਰੀ ਤਰ੍ਹਾਂ ਮਤਲਬ ਨੰਗਾ ਹੋ ਰਿਹਾ। ਮਤਲਬ ਉਹ ਬਣੇ ਇਸ ਵੀ ਅਸੀਂ ਲੋਕਾਂ ਦੀ ਪਾਰਟੀ ਹਾਂ, ਲੋਕਾਂ ਦੀ ਗੱਲ ਕਰਾਂਗੇ, ਲੋਕਾਂ ਦੀ ਤਰਜਮਾਨੀ ਕਰਾਂਗੇ। ਲੋਕਾਂ ਦੀ ਤਰਜਮਾਨੀ ਕਰਨ ਦੀ ਥਾਂ 'ਤੇ ਉਹ ਆਪਣੇ ਐਸੇ ਇਸ਼ੂ ਲੈ ਕੇ ਫਸ ਗਏ ਆ। ਮਤਲਬ ਟਕਰਾਅ ਇਸ ਲੈਵਲ 'ਤੇ ਆ ਗਿਆ ਕਿ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਾਲੀ ਹਾਲਤ ਬਣ ਗਈ ਹੈ ਉਹਨਾਂ ਦੀ। ਉਹ ਦਿੱਲੀ 'ਤੇ ਸੁੱਟਣਾ ਚਾਹੁੰਦਾ ਇੱਕ ਧੜਾ, ਇੱਕ ਧੜਾ ਦਿੱਲੀ ਨਾਲ ਚੱਲ ਰਿਹਾ। ਮਤਲਬ ਉਹ ਲੋਕਾਂ ਦੇ ਮੁੱਦਿਆਂ ਦੀ ਥਾਂ 'ਤੇ ਉਹ ਆਪਸ ਦੇ ਵਿੱਚ ਉਲਝ ਗਿਆ, ਤਾਂ ਉਹਦਾ ਜਿਹੜਾ ਲੋਕਾਂ ਦੇ ਵਿੱਚ ਇੱਕ ਬਣਿਆ ਸੀਗਾ, ਲੋਕਾਂ ਨੂੰ ਲੱਗਦਾ ਸੀ ਵੀ ਤੀਜੀ ਧਿਰ ਉੱਠ ਪਏਗੀ, ਤੀਜੀ ਧਿਰ ਬਦਲ ਬਣੇਗੀ, ਉਹ ਬਦਲ ਵੀ ਜਿਹੜਾ ਆ ਪੰਜਾਬ ਦੇ ਸੀਨ ਤੋਂ ਹਾਲ ਦੀ ਘੜੀ ਗਾਇਬ ਹੁੰਦਾ ਜਾ ਰਿਹਾ। ਅਤੇ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਸੀਗੀਆਂ, ਲੋਕਾਂ ਦੇ ਜਿਹੜਾ ਇੱਕ ਲੋਕਾਂ ਦੀਆਂ ਇੱਕ ਵੀ ਸਾਡੀ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੀ ਇੱਕ ਪਾਰਟੀ ਬਣ ਕੇ ਆ ਰਹੀ ਹੈ, ਅਤੇ ਇਹਦੇ ਪਿੱਛੇ ਤੁਰੇ ਸੀ ਲੋਕ, ਉਹਨਾਂ ਲੋਕਾਂ ਨੂੰ ਵੀ ਇਸ ਗੱਲ ਤੋਂ ਕਾਫੀ ਨਿਰਾਸ਼ਾ ਹੋਈ ਹੈ। ਲੋਕ ਇੱਕ ਵਾਰੀ ਫਿਰ ਇਸ ਗੱਲ 'ਚ ਆ ਗਏ ਵੀ ਪੰਜਾਬ ਦਾ ਬਣੇਗਾ ਕੀ, ਮਤਲਬ ਕੋਈ ਕੱਲ੍ਹ ਨੂੰ ਕੋਈ ਹੋਰ ਧਿਰ ਵੀ ਆ ਸਕਦੀ ਹੈ। ਮਤਲਬ ਇੱਕ ਕਿਸਮ ਦੀ ਹਾਲਤ ਜਿਹੜੀ ਹੈ ਨਾ, ਉਹਨਾਂ ਤੋਂ ਨਿਰਾਸ਼ਾ ਹੋ ਰਹੀ ਹੈ ਲੋਕਾਂ ਨੂੰ। ਬਹੁਤ ਮਿਹਰਬਾਨੀ ਬਲਵਿੰਦਰ ਦੰਮੂ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਆਏ, ਔਰ ਅਸੀਂ ਇਹ ਆਸ ਕਰਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਤੁਰੇ ਜਾਓਗੇ, ਜਿਸ ਤੌਰ ਦੇ ਨਾਲ ਤੁਸੀਂ ਦਹਾਕਿਆਂ ਤੋਂ ਜਿਹੜਾ ਜੀ ਚੱਲ ਰਿਹਾ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਤੁਸੀਂ ਮੈਨੂੰ ਬਹੁਤ ਵੱਡਾ ਮਤਲਬ ਉਹ ਕਿਹਾ ਵੀ ਮਤਲਬ ਮੈਂ ਏਡਾ ਹੈ ਨਹੀਂਗਾ। ਮੈਂ ਬਲਵਿੰਦਰ ਦੰਮੂ ਜੀ, ਤੁਸੀਂ ਉਹਨਾਂ ਲੋਕਾਂ ਦੇ ਵਿੱਚੋਂ ਜਿਹੜੀ ਪਿੱਲਰ ਦੀ ਤੁਸੀਂ ਗੱਲ ਕੀਤੀ ਸੀ, ਪਿੱਲਰ ਵੀ ਜਿਹੜਾ ਉਹ ਕਿਸੇ ਆਸਰੇ ਖੜਾ ਹੁੰਦਾ, ਉਹਦੇ 'ਚ ਸੀਮੈਂਟ ਵੀ ਹੈ, ਰੇਤਾ ਵੀ ਆ, ਉਹਦੇ ਵਿੱਚ ਸਰੀਆ ਵੀ ਆ, ਉਹਦੇ ਵਿੱਚੋਂ ਇੱਕ ਰੋਲ ਤਾਂ ਤੁਹਾਡੇ ਵਰਗੇ ਲੋਕ ਜਿਹੜਾ ਨਿਭਾਉਂਦੇ ਨੇ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਇਹ ਸਨ ਜੀ ਬਲਵਿੰਦਰ ਦੰਮੂ ਜੀ, ਸੀਨੀਅਰ ਪੱਤਰਕਾਰ ਨੇ ਪੰਜਾਬੀ ਦੇ ਵਿੱਚ ਪੰਜਾਬ ਤੋਂ, ਔਰ ਇਹੋ ਜਿਹੇ ਲੋਕਾਂ ਦੇ ਸਿਰ ਦੇ ਉੱਤੇ ਜਿਹੜਾ ਜੀ ਅੱਜ ਵੀ ਖੜਾ, ਜਿਹੜੀ ਆਪਣੀ ਗੱਲ ਟਿਕਾ ਕੇ ਜ਼ੁਰਤ ਦੇ ਨਾਲ ਜਿਹੜਾ ਜੀ ਉਹ ਕਹਿ ਦੇਣ ਦੇ ਵਿੱਚ ਵਿਸ਼ਵਾਸ ਰੱਖਦੇ ਆ, ਚਾਹੇ ਕਿਸੇ ਦੇ ਗੋਡਿਆਂ 'ਤੇ ਲੱਗੇ, ਚਾਹੇ ਕਿਸੇ ਦੇ ਗਿੱਟੇ 'ਤੇ ਲੱਗੇ। ਸੋ ਅਗਲੀ ਵਾਰੀ ਜਦੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਵਾਂਗੇ ਤਾਂ ਉਦੋਂ ਤੱਕ ਇਹ ਸਾਰਾ ਕੁਝ ਜਿਹੜਾ ਜੀ ਬਹੁਤ ਕੁਝ ਜਿਹੜਾ ਉਹ ਨਿੱਤਰ ਕੇ ਸਾਹਮਣੇ ਆ ਚੁੱਕਿਆ ਹੋਊਗਾ। ਮੇਰੀ ਤੁਹਾਡੀ ਮੁਲਾਕਾਤ ਅਗਲੇ ਹਫ਼ਤੇ ਇੱਕ ਵਾਰੀ ਫਿਰ ਇੱਕ ਹੋਰ ਸ਼ਖਸੀਅਤ ਦੇ ਨਾਲ ਹੋਊਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ।